ਸਤਿ ਸ਼੍ਰੀ ਅਕਾਲ, ਸਵਾਗਤ ਜੀ ਸਾਰਿਆਂ ਦਾ ਦੇਸ਼ ਪ੍ਰਦੇਸ਼ ਪ੍ਰੋਗਰਾਮ ਦੇ ਵਿੱਚ। ਅੱਜ ਦਾ ਸ਼ੋਅ ਜਿਹੜਾ ਹੈਗਾ ਇੱਕ ਕੈਨੇਡਾ ਨੂੰ ਵੀ ਡੈਡੀਕੇਟਡ ਹੈ, ਆਸਟ੍ਰੇਲੀਆ ਨੂੰ ਵੀ ਹੈ, ਯੂਰਪ ਨੂੰ ਵੀ। ਅੱਜ ਅਸੀਂ ਕੈਟਾਗਰੀ ਵਾਈਜ਼ ਬੱਚਿਆਂ ਦੀ ਗੱਲ ਕਰਾਂਗੇ ਜਿਨ੍ਹਾਂ ਦੇ ਲੋ ਬੈਂਡ ਨੇ ਜਾਂ 5.5 ਨੇ ਜਾਂ 6 ਨੇ ਜਾਂ ਇਸ ਤੋਂ ਜ਼ਿਆਦਾ ਨੇ, ਉਹਨਾਂ ਲਈ ਕੀ ਆਪਸ਼ਨ ਜਿਹੜੀ ਹੈਗੀ ਵਿਦੇਸ਼ਾਂ ਦੇ ਵਿੱਚ ਬਣਦੀ ਹੈ। ਸ਼ੁਰੂਆਤ ਜਿਹੜੀ ਹੈਗੀ ਅਸੀਂ ਕੈਨੇਡਾ ਤੋਂ ਹੀ ਕਰਾਂਗੇ, ਕਿਉਂਕਿ ICCRC ਮੈਂਬਰ ਡਾਕਟਰ ਰਵੀ ਗਰਗ ਜੀ ਸਾਡੇ ਨਾਲ ਪਾਈਨੀਅਰ ਇਮੀਗ੍ਰੇਸ਼ਨ ਤੋਂ ਇਸ ਵਕਤ ਇਸ ਮੰਚ 'ਤੇ ਮੌਜੂਦ ਨੇ। ਡਾਕਟਰ ਸਾਹਿਬ ਸਵਾਗਤ, ਸਭ ਤੋਂ ਪਹਿਲਾਂ ਤਾਂ ਇਸ ਮੰਚ ਦੇ ਉੱਪਰ ਤੁਹਾਡਾ। ਸੰਤੋਸ਼ ਸਾਹਿਬ, ਬਹੁਤ ਬਹੁਤ ਧੰਨਵਾਦ ਸੋ ਅਤੇ ਸੱਦਾ ਦੇਣ ਲਈ, ਅਤੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਮਾਂ ਉਹੀ ਹੈ ਜੀ, ਉਨਾ ਕੀ ਹੈ ਸਮਾਂ ਅੱਜ ਵੀ, ਪਰ ਕੁਐਸਚਨ ਬਹੁਤ ਜ਼ਿਆਦਾ ਨੇ ਬੱਚਿਆਂ ਦੇ, ਕਿਉਂਕਿ ਇੱਕ ਬੱਚਾ ਜਿਹੜਾ ਹੈਗਾ ਵਿਦਾਊਟ ਆਇਲਸ ਤੋਂ ਲੈ ਕੇ 6.5-7-8 ਬੈਂਡ ਤੱਕ ਦੀ ਕਪੈਸਿਟੀ ਰੱਖਣ ਵਾਲਾ ਬੱਚਾ ਵਿਦੇਸ਼ ਜਾਣ ਲਈ ਆਪਣੇ ਆਪਣੇ ਰਾਹ ਲੱਭਦਾ। ਅਸੀਂ ਗੱਲ ਕਰੀਏ ਪਹਿਲਾਂ ਉਹਨਾਂ ਵਿਦਿਆਰਥੀਆਂ ਦੀ ਜਿਹੜੇ ਕਿ ਕੈਨੇਡਾ ਦੇ ਵਿੱਚ ਅਪਲਾਈ ਹੋਏ 2018 ਦੇ ਵਿੱਚ, ਕਿਉਂਕਿ ਜਿਹੜਾ ਇੱਕ ਸਮਾਂ ਹੁੰਦਾ ਨਾ, ਉਹ ਬੜੀ ਵੱਡੀ ਚੀਜ਼ ਹੁੰਦੀ ਹੈ। ਗੁਜ਼ਰ ਗਿਆ ਜੋ ਸਮਾਂ, ਉਹਦੇ ਵਿੱਚ ਕਈ ਗਲਤੀਆਂ ਨੇ ਜਿਹੜੀਆਂ ਸਾਡੀਆਂ ਸਾਹਮਣੇ ਆਉਂਦੀਆਂ ਨੇ, ਫਿਰ ਅਸੀਂ ਸੁਧਾਰ ਲੈਂਦੇ ਹਾਂ। ਦੋ ਚੀਜ਼ਾਂ ਦਾ ਕੁਐਸਚਨ ਡਾਕਟਰ ਸਾਹਿਬ ਬੱਚੇ ਨੇ ਸਪੈਸ਼ਲੀ ਕੀਤਾ ਕਿ ਜਦੋਂ ਅਸੀਂ ਕੈਨੇਡਾ ਤੋਂ ਰਿਫਿਊਜ਼ ਹੋ ਜਾਂਦੇ ਹਾਂ, ਕੀ ਸਾਨੂੰ ਫੀਸ ਰਿਫੰਡ ਮੰਗਾਉਣੀ ਚਾਹੀਦੀ ਹੈ, ਕੀ ਸਾਨੂੰ GIC ਵਾਪਸ ਲੈ ਲੈਣਾ ਚਾਹੀਦਾ, ਜਾਂ ਉਹਦਾ ਕੀ ਉਪਯੋਗ ਹੋ ਪਾਏਗਾ ਦੁਬਾਰਾ ਜਦੋਂ ਅਸੀਂ ਅਪਲਾਈ ਕਰਾਂਗੇ? ਬਿਲਕੁਲ ਸੰਧੂ ਸਾਹਿਬ, ਇਸ ਵਕਤ SDS ਰੂਲਸ ਦੇ ਵਿੱਚ ਜਾਂ ਸਾਰੇ ਜਿਹੜੇ ਨੋਨ SDS ਦੇ ਵਿੱਚ ਵੀ ਚੱਲਦਾ ਪਿਆ, ਯੂਨੀਵਰਸਿਟੀ ਕੈਟੇਗਰੀ ਦੇ ਵਿੱਚ, ਮਤਲਬ ਸਟੂਡੈਂਟ ਵੀਜ਼ਾ ਵਾਸਤੇ GIC ਇੱਕ ਅਹਿਮ ਚੀਜ਼ ਹੈਗੀ ਹੈ। GIC ਮਤਲਬ ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ, ਜਿਹੜਾ ਕਿ ਐਜ਼ ਲਿਵਿੰਗ ਐਕਸਪੈਂਸ ਕੈਨੇਡਾ ਗੌਰਮੈਂਟ, ਕੈਨੇਡਾ ਅੰਬੈਸੀ ਨੂੰ ਇਹ ਅਸ਼ਿਓਰੈਂਸ, ਤਸੱਲੀ ਦੇਣ ਵਾਸਤੇ ਵੀ ਸਾਡੇ ਕੋਲ ਇਨਫ ਪੈਸੇ ਹੈਗੇ ਹੈ, ਬੱਚਾ ਪੜ੍ਹਨ ਜਾਊਗਾ, ਉੱਥੇ ਰਹਿਣ ਸਹਿਣ ਦਾ ਖਰਚਾ ਵੀ ਹੈਗਾ, ਅਤੇ ਤਕਰੀਬਨ ਇੱਕ ਸਾਲ ਦਾ ਲਿਵਿੰਗ ਐਕਸਪੈਂਸ $10,000 ਦੀ GIC ਕੈਨੇਡੀਅਨ ਬੈਂਕ ਦੇ ਵਿੱਚ ਇੰਡੀਅਨ ਬੈਂਕ ਤੋਂ ਪੈਸੇ ਟ੍ਰਾਂਸਫਰ ਕਰਵਾ ਦੇਣੇ ਹੁੰਦੇ ਹੈ, ਔਰ ਕੈਨੇਡੀਅਨ ਬੈਂਕ ਨੇ GIC ਮੀਨਸ FD ਜਿਹੜੀ ਹੈ ਕਰਕੇ ਸਟੂਡੈਂਟ ਨੂੰ ਭੇਜ ਦੇਣੀ ਹੁੰਦੀ ਹੈ, ਔਰ ਉਹ ਅਸੀਂ ਅੰਬੈਸੀ ਨੂੰ ਦਿਖਾਉਂਦੇ ਹੈਗੇ ਹਾਂ। ਸੋ ਇਹ ਜਿਹੜਾ ਹੈ, ਮੈਂ ਇਨਫੋਰਮੇਸ਼ਨ ਬੇਸਿਕ ਦਿੰਦਾ ਸੀ ਵੀ GIC ਕੀ ਚੀਜ਼ ਹੈਗੀ ਹੈ। ਸੋ ਇਹ ਜਦੋਂ ਇੱਕ ਵਾਰੀ ਕੇਸ ਲਾਇਆ, ਰਿਫਿਊਜ਼ ਹੋ ਗਿਆ, ਅਤੇ ਜੇ ਦੁਬਾਰਾ ਕੇਸ ਲਾਉਣਾ ਹੈਗਾ, ਜੇ ਅਸੀਂ ਇਹ ਡਿਸਾਈਡ ਕਰ ਲਿਆ ਲਾਉਣਾ ਹੀ ਨਹੀਂ, ਅਤੇ ਨੈਚੁਰਲੀ ਪੈਸੇ ਵਾਪਸ ਮੰਗਵਾਉਣੇ ਪੈਣਗੇ, ਔਰ ਕੋਈ ਦਿੱਕਤ ਨਹੀਂ ਹੈ, ਪੂਰੇ ਦੇ ਪੂਰੇ ਪੈਸੇ ਵਾਪਸ ਆਉਣਗੇ। ਲੇਕਿਨ ਜੇ ਥੋੜ੍ਹਾ ਜਿਹਾ ਵੀ ਮਨ ਦੇ ਵਿੱਚ ਹੈਗਾ ਕਿ ਜਦ ਤੱਕ 2-3-4 ਕੰਸਲਟੈਂਟ ਜਾਂ ਤੁਹਾਡਾ ਚੁਣਿੰਦਾ ਚੰਗਾ ਕੰਸਲਟੈਂਟ ਜਿਹਦੇ ਤੋਂ ਤੁਹਾਨੂੰ 100% ਫੇਥ ਹੈ ਕਿ ਉਸਨੇ ਨਾ ਕਰ ਦਿੱਤੀ ਤਾਂ ਅਸੀਂ ਨਹੀਂ ਲਾਉਣਾ, ਅਤੇ ਫਿਰ ਹੀ ਮੰਗਵਾਓ। ਅਦਰਵਾਈਜ਼ ਜੇ ਦੁਬਾਰਾ ਕੇਸ ਲਾਉਣਾ ਹੈਗਾ, ਅਤੇ ਉਹੀ ਸੇਮ GIC ਕੰਮ ਆ ਜਾਏਗਾ, ਸੇਮ GIC ਸਰਟੀਫਿਕੇਟ, ਇਸ ਦੀ ਕੋਈ ਐਕਸਪਾਇਰੀ ਨਹੀਂ ਹੁੰਦੀ, ਜਿੰਨੇ ਮਰਜ਼ੀ ਟਾਈਮ ਤੱਕ ਯੂਜ਼ ਹੋ ਜਾਂਦਾ। ਸਾਡੇ ਕੋਲ 2-3 ਵਾਰ ਕੇਸ ਰਿਫਿਊਜ਼ਡ ਹੋਏ ਹੋਏ ਆਉਂਦੇ ਆ, ਸੇਮ GIC ਸਾਡੇ ਕੋਲ ਆਉਂਦੇ ਆ, ਕਈ ਵਾਰੀ ਟਾਈਮ ਲੱਗ ਜਾਂਦਾ ਪ੍ਰੋਸੈਸਿੰਗ ਨੂੰ, ਸੋਚ ਵਿਚਾਰ ਕਰਦੇ ਨੂੰ, ਔਰ ਪਿਛਲੇ ਕਾਲਜ ਤੋਂ ਵੀ ਫੀਸ ਵਾਪਸ ਮੰਗਵਾ ਕੇ ਟਾਈਮ ਲੱਗਦਾ ਹੈਗਾ ਵਾਪਸ ਆਉਣ ਨੂੰ, ਉਹੀ ਫੀਸ ਨਵੇਂ ਕਾਲਜ ਦੇ ਵਿੱਚ ਭੇਜਣੀ ਆ, ਮਤਲਬ ਟਾਈਮ ਲੱਗ ਗਿਆ, ਲੇਕਿਨ ਸੇਮ GIC ਕੰਮ ਆਏਗੀ। ਕਾਲਜ ਤੋਂ ਫੀਸ ਰਿਫੰਡ ਕਰਵਾਉਣ ਦੀ ਇਹ ਕਿ ਅਗਰ ਤਾਂ ਉਹ ਕੋਰਸ ਠੀਕ ਹੈਗਾ ਤਾਂ ਕੋਈ ਵੱਡੀ ਗੱਲ ਨਹੀਂ। ਆਮ ਤੌਰ 'ਤੇ ਕਈ ਵਾਰੀ ਰਿਫਿਊਜ਼ ਹੋ ਜਾਂਦਾ ਹੈ ਕਿਸੇ ਚੰਗੇ ਕੇਸ ਦਾ, ਚੰਗੇ ਕੋਰਸ ਵਾਸਤੇ ਵੀ ਰਿਫਿਊਜ਼ ਹੋ ਜਾਂਦਾ, ਡਿਪੈਂਡਸ ਔਨ ਵੀਜ਼ਾ ਆਫੀਸਰ, ਉਹਨਾਂ ਦੀ ਜਜਮੈਂਟ 'ਤੇ ਹੈਗਾ, ਅਤੇ ਸਾਨੂੰ ਜਚਦਾ ਹੈਗਾ ਕਿ ਸਾਰਾ ਕੁਝ ਠੀਕ ਹੈ, ਦੁਬਾਰਾ ਸੇਮ ਕਾਲਜ ਦੇ ਵਿੱਚ ਵੀ ਲਾ ਸਕਦੇ ਹਾਂ, ਵੀਜ਼ੇ ਆ ਜਾਂਦੇ ਹੁੰਦੇ ਨੇ। ਲੇਕਿਨ ਅਗਰ ਅਸੀਂ ਇਹ ਸੋਚ ਲਿਆ ਕਿ ਇਹ ਕੋਰਸ ਦੇ ਵਿੱਚ ਡਿਫੈਕਟ ਸੀਗਾ, ਮਤਲਬ ਜਿੱਦਾਂ ਗ੍ਰੈਜੂਏਟ ਬੱਚਾ ਹੈਗਾ ਪੋਸਟ ਸੈਕੰਡਰੀ ਕੋਰਸ ਦੇ ਵਿੱਚ, 12ਵੀਂ ਵਾਲੇ ਬੱਚੇ ਦੇ ਕੋਰਸ ਦੇ ਵਿੱਚ ਜਾ ਰਿਹਾ ਸੀਗਾ, ਅਤੇ ਮੈਂ ਸਮਝਦਾ ਕਿ ਲੈਵਲ ਦਾ ਨੁਕਸ ਸੀਗਾ, ਆਲ ਗ੍ਰੈਜੂਏਟ ਸ਼ੁੱਡ ਗੋ ਟੂ ਪੋਸਟ ਗ੍ਰੈਜੂਏਟ ਪ੍ਰੋਗਰਾਮਸ, ਜਿਹੜੇ ਗ੍ਰੈਜੂਏਟਸ ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਜਾਣਗੇ, ਜਿਸ ਪ੍ਰੋਗਰਾਮ ਦੀ ਐਲੀਜੀਬਿਲਟੀ ਗ੍ਰੈਜੂਏਸ਼ਨ ਹੈਗੀ ਹੈ, 12ਵੀਂ ਨਹੀਂ ਹੈਗੀ, ਉਸ ਪ੍ਰੋਗਰਾਮ ਵਿੱਚ ਜਾਣਗੇ। ਸੋ ਇਹ ਲੈਵਲ ਦੇ ਨੁਕਸ ਕਰਕੇ ਇਹ ਲੱਗਦਾ ਹੈ ਕਿ ਰਿਫਿਊਜ਼ਲ ਹੋਈ ਸੀਗੀ, ਅਤੇ ਡੈਫੀਨੇਟਲੀ ਕਾਲਜ ਜਿਹੜਾ ਹੈ ਬਦਲ ਕੇ ਦੂਜੇ ਕਾਲਜ ਦੇ ਵਿੱਚ PG ਪੋਸਟ ਗ੍ਰੈਜੂਏਟ ਪ੍ਰੋਗਰਾਮ ਦੇ ਵਿੱਚ ਐਡਮਿਸ਼ਨ ਲੈ ਕੇ ਵੀਜ਼ਾ ਲਾਉਣਾ ਚਾਹੀਦਾ, ਅਤੇ ਪਿਛਲੇ ਕਾਲਜ ਤੋਂ ਇਨ ਦੈਟ ਕੇਸ ਜਿਹੜਾ ਹੈਗਾ ਅਸੀਂ ਰਿਫੰਡ ਮੰਗਵਾ ਲੈਣਾ। ਇੱਕ ਕੁਐਸਚਨ ਹੋ ਰਿਹਾ, ਬਹੁਤ ਬੱਚੇ ਜਦੋਂ ਵਿਚਾਰੇ ਰਿਫਿਊਜ਼ ਹੋ ਜਾਂਦੇ ਨੇ ਤਾਂ ਇਹ ਵੀ ਕਿਹਾ ਜਾਂਦਾ ਕਿ ਰੈਲੇਵੈਂਸੀ ਨਹੀਂ ਆ। ਇਹਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਹੁੰਦੀ ਹੈ ਕਿ ਜਦੋਂ ਕੰਸਲਟੈਂਟ ਚੁਣ ਜਾਂਦਾ, ਪਹਿਲਾਂ ਇੱਕ ਕੰਸਲਟੈਂਟਸ ਕੋਲ ਜਾਏਗਾ, ਫਿਰ ਦੂਜੇ ਕੋਲ ਜਾਏਗਾ, ਫਿਰ ਤੀਜੇ ਕੋਲ ਜਾਏਗਾ, ਜਦੋਂ 5-7 ਕੋਲ ਜਾਇਆ ਜਾਂਦਾ, ਅਸੀਂ ਕਹਿੰਦੇ ਕਿ ਜਾਓ, ਬਿਲਕੁਲ ਸਾਰੇ ਕਹਿੰਦੇ, ਬਿਲਕੁਲ ਡੈਫੀਨੇਟਲੀ, ਪਰ ਕਨਫਿਊਜ਼ਨ ਕੀ ਹੈ ਕਿ ਉਹਨੂੰ ਵੱਖ ਵੱਖ ਕੰਸਲਟੈਂਟ ਤੋਂ ਵੱਖ ਵੱਖ ਰਾਏ ਮਿਲਦੀ ਹੈ, ਫਲਾਣਾ ਕਾਲਜ ਫਲਾਣਾ ਕੋਰਸ ਰੈਲੇਵੈਂਸ ਹੈ, ਫਲਾਣਾ ਕਾਲਜ ਫਲਾਣਾ ਕੋਰਸ ਰੈਲੇ, ਮੈਚ ਨਹੀਂ ਹੁੰਦਾ ਆਪਸ ਦੇ ਵਿੱਚ, ਬੱਚਾ ਬੜਾ ਕਨਫਿਊਜ਼ ਹੋ ਜਾਂਦਾ। ਜਦੋਂ ਉਹਦਾ ਰਿਫਿਊਜ਼ ਹੋ ਜਾਂਦਾ, ਫਿਰ ਉਹਨੂੰ ਡਾਊਟ ਹੋ ਜਾਂਦਾ ਕਿ ਹਾਂ ਯਾਰ ਫਲਾਣੇ ਨੇ ਕਿਹਾ ਸੀ, ਇਹ ਤਾਂ ਰੈਲੇਵੈਂਸ ਨਹੀਂ ਹੈਗਾ। ਸੋ ਰੈਲੇਵੈਂਸੀ ਦਾ ਮਾਪਦੰਡ ਹੈ ਕੋਈ? ਰੈਲੇਵੈਂਸ ਤਾਂ ਦੇਖੋ, ਜਿਹੜੇ ਸਿਆਣੇ ਬੱਚੇ ਹੈ, ਪੇਰੈਂਟਸ ਨੇ, ਬੱਚੇ ਨੇ, ਬਿਲਕੁਲ ਕਾਮਨ ਸੈਂਸ, ਇੱਕ ਪੜ੍ਹਾਈ ਤੁਹਾਡੀ ਕੰਮ ਆਉਂਦੀ ਹੈ ਇਸ ਚੀਜ਼ ਦੇ ਵਿੱਚ, ਔਰ ਰੈਲੇਵੈਂਸ ਜਿਹੜਾ ਹੈ ਬਣਾਉਣ ਦੇ ਵਿੱਚ ਤੁਹਾਡੀ ਕਾਮਨ ਸੈਂਸ IQ ਕੰਮ ਆਉਂਦਾ ਹੈਗਾ। ਵੈਬਸਾਈਟਸ ਦੇ ਉੱਪਰ ਆਮ ਤੌਰ 'ਤੇ ਜਿਹੜੇ ਵੀ ਕੋਰਸ ਦੇ ਵਿੱਚ ਤੁਸੀਂ ਜਾ ਰਹੇ ਹੈਗੇ ਹੋ, ਉਸ ਦੀ ਡਿਟੇਲਸ
ਕੋਰਸ ਓਵਰਵਿਊ ਜਾਂ ਪ੍ਰੋਗਰਾਮ ਓਵਰਵਿਊ ਕਹਿੰਦੇ ਹੈਗੇ ਹਾਂ ਉਹ, ਔਰ ਜਿਹੜੇ ਹੈ ਕੋਰਸ ਕੰਟੈਂਟਸ ਵੀ ਪੜ੍ਹੋਂਗੇ ਕਿ ਉੱਥੇ ਜਾ ਕੇ, ਇਹ ਲਿਖਿਆ ਹੋਏਗਾ ਉੱਥੇ। ਸੋ ਇਹ ਜਿਹੜਾ ਹੈਗਾ ਕੋਮਨ ਸੈਂਸ ਯੂਜ਼ ਕਰਨੀ ਆ। ਲੇਕਿਨ ਇੱਕ ਜਿਹੜੀ ਸੰਧੂ ਸਾਹਿਬ ਇੱਕ ਵੱਡੀ ਖਾਸ ਗੱਲ ਹੈਗੀ ਹੈ ਕਿ ਅਸੀਂ ਸਾਡਾ ਤਜਰਬਾ ਜਿਹੜਾ ਹੈ ਇੰਨੇ ਸਾਲਾਂ ਦਾ ਅਤੇ 2003 ਤੋਂ ਕੰਪਨੀ ਹੈਗੀ, ਉਹ ਬੜਾ ਮੈਟਰ ਕਰਦਾ ਹੈਗਾ। ਕਈ ਵਾਰੀ ਲੱਗਦਾ ਹੈਗਾ ਕਿ ਕੋਰਸ ਰੈਲੇਵੈਂਟ ਨਹੀਂ ਹੈਗਾ, ਲੇਕਿਨ ਅਸੀਂ ਮੰਨ ਲਓ ਕੋਈ ਉਹ ਅੱਛਾ ਕੋਰਸ ਨਹੀਂ ਹੈਗਾ, ਅਸੀਂ ਉਹਨਾਂ ਕੋਰਸਿਸ ਦੇ ਵਿੱਚ, ਮੈਨੂੰ ਯਾਦ ਹੈ ਕਿ ਪਲੱਸ ਟੂ ਮੈਡੀਕਲ ਵਾਲਾ ਇੱਕ ਬੱਚੇ ਨੂੰ ਮੈਂ ਕਹਿੰਦਾ ਸੀਗਾ ਕਿ ਬਾਇਓਲੋਜੀ ਵਾਲਾ ਕੋਰਸ ਤੇਰਾ ਲੈਣਾ ਹੈਗਾ, ਮੈਡੀਕਲ ਰਿਲੇਟਡ ਕੋਈ ਕੋਰਸ ਲਵਾਂਗੇ। ਬੱਚਾ ਕਹਿੰਦਾ ਜੀ ਨਹੀਂ, ਮੈਂ ਫਲਾਣੇ ਕੋਰਸ ਵਿੱਚ ਹੀ ਜਾਣਾ ਹੈਗਾ, ਹੋਟਲ ਮੈਨੇਜਮੈਂਟ ਦੇ ਕੋਰਸ ਦੇ ਵਿੱਚ, ਔਰ ਈਜ਼ੀ ਕੋਰਸ ਚਾਹੀਦਾ ਹੈਗਾ ਮੈਨੂੰ ਅਤੇ ਹੋਟਲ ਮੈਨੇਜਮੈਂਟ ਵਿੱਚ ਜਾਣਾ ਹੈਗਾ। ਅਤੇ ਮੈਨੂੰ ਲੱਗਦਾ ਸੀ ਕਿ ਵੀ ਠੀਕ ਨਹੀਂ ਵੀ ਹੈਗਾ, ਠੀਕ ਹੈਗਾ ਵੀ ਆ ਬੱਚੇ ਦੀ ਜਿੱਦ ਕਰਕੇ ਕੇਸ ਲਾਇਆ ਅਸੀਂ, ਅਤੇ ਵੀਜ਼ਾ ਲੱਗ ਗਿਆ, ਕੋਈ ਐਸੀ ਗੱਲ ਨਹੀਂ। ਉਹਦੀ ਰਿਕੁਆਇਰਮੈਂਟ ਸਿਰਫ ਇੰਗਲਿਸ਼ ਸੀਗੀ, ਅਦਰਵਾਈਜ਼ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪਲੱਸ ਟੂ ਮੈਡੀਕਲ ਬੱਚਾ ਹੈਗਾ ਅਤੇ ਬਾਇਓਲੋਜੀ ਨਾਲ ਰਿਲੇਟਡ ਫਿਜ਼ੀਓਥੈਰੇਪੀ ਦਾ ਪ੍ਰੋਗਰਾਮ ਹੈਗਾ, ਗਰਲਜ਼ ਵਾਸਤੇ ਅਰਲੀ ਚਾਈਲਡਹੁੱਡ ਐਜੂਕੇਸ਼ਨ ਹੈਗਾ, ਔਫਿਸ ਐਡਮਿਨਿਸਟ੍ਰੇਸ਼ਨ ਹੈਲਥ ਸਰਵਿਸਿਜ਼ ਦਾ ਇੱਕ ਕੋਰਸ ਹੈਗਾ। ਸੋ ਇਸ ਤਰ੍ਹਾਂ ਜਿਹੜਾ ਹੈਗਾ ਬਾਇਓਲੋਜੀ ਨਾਲ ਰਿਲੇਟਡ ਪ੍ਰੋਗਰਾਮ। ਸੋ ਇਹ ਜਿਹੜੇ ਫਿਰ ਸਾਨੂੰ ਅੱਗੇ ਅੱਗੇ ਜਿਹੜੇ ਐਕਸਪੀਰੀਅੰਸਿਸ ਅਸੀਂ ਜਿਹੜੇ ਇਕੱਠੇ ਕੀਤੇ ਨੇ ਇੰਨੇ ਸਾਲਾਂ ਦੇ ਵਿੱਚ, ਉਹ ਕੰਮ ਆਉਂਦੇ ਨੇ। ਲੇਕਿਨ ਡੈਫੀਨੇਟਲੀ ਤੁਹਾਡਾ ਮਨ ਕੀ ਕਹਿੰਦਾ, ਕੋਮਨ ਸੈਂਸ, ਲੇਕਿਨ ਸਭ ਤੋਂ ਵੱਡੀ ਗੱਲ ਜਿਹੜਾ ਹੈ ਇੱਕ ਐਕਸਪੀਰੀਅੰਸਡ ਔਰ ਐਕਸਪਰਟ ਇਮੀਗ੍ਰੇਸ਼ਨ ਕੰਸਲਟੈਂਟ ਜਾਂ ਸਟੱਡੀ ਵੀਜ਼ਾ ਕੰਸਲਟੈਂਟ, ਉਸ ਦੀ ਜਿਹੜੀ ਹੈ ਰਾਏ ਬਹੁਤ ਮੈਟਰ ਕਰਦੀ ਹੈ। ਲੇਕਿਨ ਲਾਸਟ 'ਤੇ ਗੱਲ ਇਹ ਤੁਹਾਡਾ ਫੇਥ ਹੀ ਜਿਹੜਾ ਹੈਗਾ ਕਿਸੇ ਪਰਟੀਕੁਲਰ ਕੰਸਲਟੈਂਟ 'ਤੇ। ਸਾਡੇ ਕੋਲ ਦੀ ਗੱਲ ਕਰੀਏ, ਇੱਕ ਵਾਰੀ ਕੋਈ ਕੇਸ ਲਾਇਆ, ਮੰਨ ਲਓ ਕਿ ਰਿਫਿਊਜ਼ ਹੋ ਗਿਆ, ਅਤੇ 10 ਵਿੱਚੋਂ 9 ਸਾਡੇ ਕੋਲ ਟਿਕਦੇ ਨੇ, ਗੱਲ ਨੂੰ ਵਿਸ਼ਵਾਸ ਕਰਦੇ ਨੇ ਕਿ ਕੋਈ ਗੱਲ ਨਹੀਂ, ਕਿਸੇ ਇੱਕ ਵੀਜ਼ਾ ਆਫਿਸਰ ਨੇ ਰਿਫਿਊਜ਼ ਕਰ ਦਿੱਤਾ, ਅਸੀਂ ਦੁਬਾਰਾ ਅਪਲਾਈ ਕਰਾਂਗੇ, ਦੁਬਾਰਾ ਅੰਬੈਸੀ ਨਾਲ ਗੱਲ ਕਰਾਂਗੇ, ਡੋਂਟ ਵਰੀ, ਅਤੇ ਡਿਸਕਸ ਕਰਾਂਗੇ ਕੇਸ ਇਹ, ਅਤੇ ਤੁਹਾਡਾ ਫੇਥ ਹੈ ਜਿਹੜਾ ਕਿ ਸਾਡੇ ਕੋਲ ਫਿਰ ਦੁਬਾਰਾ ਰਹਿੰਦੇ ਹੈਗੇ ਹਾਂ, ਅਤੇ ਅਸੀਂ ਦੁਬਾਰਾ ਅਪਲਾਈ ਕਰਦੇ ਹਾਂ। 10 ਵਿੱਚੋਂ 9 ਕੇਸਾਂ 'ਚ ਵੀਜ਼ਾ ਆ ਜਾਂਦਾ, ਇੱਕ 'ਚ ਨਹੀਂ ਆਉਂਦਾ, ਅਸੀਂ ਫਿਰ ਵੀ ਕਹਿੰਦੇ, ਤੀਜੀ ਵਾਰੀ ਫਿਰ ਅਪਲਾਈ ਕਰਾਂਗੇ, ਅੰਬੈਸੀ ਨਾਲ ਗੱਲਬਾਤ ਕਰਾਂਗੇ, ਡਿਸਕਸ ਕਰਾਂਗੇ, ਔਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ। ਆਈ ਹੋਪ, ਆਲਦੋ ਦੇਰ ਇਜ਼ ਨੋ ਗਰੰਟੀ, ਲੇਕਿਨ ਆਈ ਹੋਪ ਵੀਜ਼ਾ ਆਏਗਾ। ਤੁਹਾਡਾ ਫੇਥ ਹੈ, ਫਿਰ ਰੁਕਦੇ ਹੋ, ਤੀਜੀ ਵਾਰ ਅਸੀਂ ਕੇਸ ਲਾਉਂਦੇ ਹਾਂ, ਫਿਰ ਵੀਜ਼ਾ ਆਉਂਦਾ, ਅਤੇ ਇਹ ਜਿਹੜਾ ਹੈਗਾ ਤੁਹਾਡਾ ਇੰਨਾ, ਇਹ ਬਹੁਤ ਵੱਡੀ ਗੱਲ ਹੈ ਕਿ ਜਿਹੜੀ ਤੁਸੀਂ ਗੱਲ ਕਰ ਰਹੇ ਨਾ, ਮੇਰਾ ਵੀ ਅਗਲਾ ਇਸੇ ਸੰਦਰਭ ਦੇ ਵਿੱਚ ਇੱਕ ਕੁਐਸਚਨ ਹੈ। ਜਦੋਂ ਰਿਫਿਊਜ਼ ਹੋ ਜਾਂਦਾ, ਬੱਚਾ ਵਿਚਾਰਾ ਅਜਿਹੇ ਚੁਰਾਹੇ 'ਚ ਖੜ੍ਹ ਜਾਂਦਾ ਕਿ ਉਹਨੂੰ ਨਹੀਂ ਸਮਝ ਲੱਗਦੀ ਕਿ ਮੈਂ ਕੀ ਕਰਾਂ। ਬਿਲਕੁਲ, ਕੁਛ ਕਹਿੰਦੇ ਦੁਬਾਰਾ ਅਪਲਾਈ ਕਰ ਲਓ, ਉਹਨੂੰ ਕੰਸਲਟੈਂਟ 'ਤੇ ਥੋੜ੍ਹਾ ਵਿਸ਼ਵਾਸ ਵੀ ਉੱਠ ਜਾਂਦਾ, ਇੱਕ ਬੱਚਾ ਇਹੋ ਜਿਹਾ ਹੁੰਦਾ ਕਿ ਮਨ 'ਚ ਆ ਜਾਂਦਾ। ਬਿਲਕੁਲ, ਕੁਛ ਕਹਿੰਦੇ ਨੇ ਜੀ ਆਸਟ੍ਰੇਲੀਆ ਕਰ ਲਓ, ਦੂਜਾ ਕਹਿੰਦਾ ਨਿਊਜ਼ੀਲੈਂਡ ਕਰ ਲਓ, ਤੀਜਾ ਕਹਿੰਦਾ ਨਹੀਂ ਮੇਰਾ ਆ ਗਿਆ ਸੀ, ਮੇਰੇ ਰਿਸ਼ਤੇਦਾਰ ਦਾ ਆ ਗਿਆ ਸੀਗਾ, ਤੀਜੀ ਵਾਰੀ ਆ ਗਿਆ, ਚੌਥੀ ਵਾਰੀ ਆ ਗਿਆ, ਬੜੀਆਂ ਮੁਸ਼ਕਲਾਂ ਦੇ ਵਿੱਚ ਘਿਰ ਜਾਂਦਾ ਰਿਫਿਊਜ਼ਲ ਬਹੁਤ ਜ਼ਿਆਦਾ। ਸੋ ਉਹਦੇ ਲਈ ਇੱਕ ਬੈਸਟ ਆਪਸ਼ਨ ਕੀ ਹੁੰਦੀ ਹੈ? ਇਹੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਟਰੱਸਟ ਕਰਕੇ 2-3-4 ਵਾਰ ਟਰਾਈ ਕਰ ਲੈਣਾ ਚਾਹੀਦਾ। ਮੈਂਟਲ ਜਿਹੜਾ ਹੈ ਡਿਪਰੈਸ਼ਨ, ਡੈਫੀਨੇਟਲੀ ਇਹ ਬਹੁਤ ਹੀ, ਮੈਂ ਸਮਝਦਾ, ਡਿਲੇਮਾ ਔਰ ਆਫਤ ਵਾਲਾ ਟਾਈਮ ਹੁੰਦਾ ਜਿਹੜਾ ਤੁਹਾਡਾ ਸੰਧੂ ਸਾਹਿਬ, ਬਿਲਕੁਲ ਜਿਹੜਾ ਸਵਾਲ ਹੈਗਾ ਕਿ ਰਿਫਿਊਜ਼ ਹੋ ਗਿਆ, ਪਹਿਲਾਂ ਤਾਂ ਆਪਣਾ ਹੀ ਦਿਮਾਗ ਅਪਸੈਟ ਹੋ ਜਾਂਦਾ ਕਿ ਪਤਾ ਨਹੀਂ ਕੀ ਹੋਇਆ, ਗਲਤ ਫਾਈਲ ਲਾਤੀ, ਗਲਤ ਕੋਰਸ ਦਿੱਤਾ, ਕੀ ਆ। ਖਾਸ ਤੌਰ 'ਤੇ ਅੰਬੈਸੀ ਦਾ ਜਿਹੜਾ ਨਾ, ਸਾਰੇ ਜਿਹੜਾ ਮੰਨ ਲਓ 10,000 ਵਿੱਚੋਂ 2,000, 80% ਸਕਸੈਸ ਰੇਟ ਦੀ ਗੱਲ ਕਰੀਏ, 10,000 ਵਿੱਚੋਂ 2,000 ਪੰਜਾਬ ਦੇ ਵਿੱਚ ਰਿਫਿਊਜ਼ਲਾਂ ਹੈਗੀਆਂ, ਅਤੇ ਸਾਰਿਆਂ ਦੀ ਜਿਹੜੀ ਰਿਫਿਊਜ਼ਲ ਲੈਟਰ ਸੇਮ ਆਏਗੀ, ਉਹਦੇ 'ਚ ਲਿਖਿਆ ਹੈ ਕੋ ਯੂਅਰ ਕੋਰਸ ਇਜ਼ ਨੋਟ ਰੈਲੇਵੈਂਸ ਜਾਂ ਇਨ ਇਨ ਵਿਊ ਆਫ ਦਾ ਫੋਲੋਇੰਗ ਕਰਕੇ 5-6 ਉਹਦੇ ਵਿੱਚ ਐਕਚੁਅਲੀ ਤਾਂ ਇਹ ਹੈ ਵੀ ਤੁਹਾਡੀ ਪ੍ਰੀਵੀਅਸ ਐਜੂਕੇਸ਼ਨ, ਤੁਹਾਡੇ ਮਾਰਕਸ, ਤੁਹਾਡੇ ਬੈਂਡਸ, ਬੜਾ ਕੁਛ ਹੈਗਾ, ਲੇਕਿਨ ਇੱਕ ਲੱਗਦਾ ਇਹ ਹੈ ਕਿ ਸ਼ਾਇਦ ਕੋਰਸ ਠੀਕ ਨਹੀਂ ਦਿੱਤਾ। ਸੋ ਇਹ ਜਿਹੜਾ ਹੈਗਾ, ਔਰ ਉਸ ਦੇ ਇਲਾਵਾ ਨੈਚੁਰਲੀ ਕਿ ਨਾਲ ਦੇ ਗੁਆਂਢੀ ਫਿਰ ਜਿਹਨੇ ਨਹੀਂ ਵੀ ਕੁਛ ਦੇਖਿਆ, ਉਹ ਵੀ ਕਹਿੰਦਾ ਜੀ ਫਲਾਣੇ ਦਾ ਵੀਜ਼ਾ ਉੱਥੋਂ ਲੱਗ ਗਿਆ ਸੀ, ਇਹ ਲੱਗ ਗਿਆ ਸੀ, ਉਹਦੇ ਇਸ ਕੋਰਸ 'ਚ ਲੱਗਿਆ ਸੀ, ਇਹ ਤਾਂ ਉਹ ਵੀ ਜਿਹੜਾ ਜਿਹਨੂੰ ਨਹੀਂ ਵੀ ਪਤਾ, ਉਹ ਵੀ ਸਾਰਾ ਕੁਛ ਕੇਸ ਜਾਂ ਦੇਖ ਕੇ ਕਹਿੰਦਾ ਜੀ ਲੱਗਦਾ ਪਿਆ ਵੀ ਇੱਥੇ ਗਲਤ ਹੈਗਾ, ਇਹ ਠੀਕ ਨਹੀਂ ਲੱਗਦਾ ਪਿਆ। ਸੋ ਉਹ ਵਿਚਾਰੇ ਬੱਚੇ ਦੀ ਵਾਸਤੇ ਆਫਤ ਹੈਗੀ ਆ। ਲੇਕਿਨ ਅੱਛੀ ਗੱਲ, ਜਿਹੜੇ ਮੈਂ ਆਪਣੇ ਤਜਰਬੇ ਦੀ ਗੱਲ ਦੱਸ ਰਿਹਾ, ਰੱਬ ਦੀ ਕਿਰਪਾ ਦੇ ਨਾਲ ਔਰ ਕਲਾਇੰਟ ਦੇ ਸਹਿਯੋਗ ਦੇ ਨਾਲ, ਸ਼ਾਇਦ ICCRC ਮੈਂਬਰ ਹੈਗੇ ਆ, ਵਟ ਐਵਰ ਜੋ ਲੋਕ ਦੇਖਦੇ ਹੈਗੇ ਆ, ਅਤੇ ਡੈਫੀਨੇਟਲੀ ਸਾਡੇ 10 ਵਿੱਚੋਂ 8 ਵੀਜ਼ੇ ਆਉਂਦੇ ਆ, ਮਤਲਬ 100 ਵਿੱਚੋਂ 80 ਵੀਜ਼ੇ ਔਰ 20 ਰਿਫਿਊਜ਼ਲ, ਉਹਨਾਂ ਨੂੰ ਦੁਬਾਰਾ ਲਾਈਦਾ, 10 ਹੋਰ ਵੀਜ਼ੇ ਆ ਜਾਂਦੇ ਆ, ਦੂਜੀ ਵਾਰ ਰਿਫਿਊਜ਼ ਜਿਹੜੇ 10 ਰਹਿ ਗਏ ਉਹਨਾਂ ਨੂੰ ਫਿਰ ਤੀਜੀ ਵਾਰ ਲਾਈਦਾ, ਉਹਦੇ ਵਿੱਚੋਂ 5-7 ਵੀਜ਼ੇ ਆ ਜਾਂਦੇ ਆ। ਸੋ ਇਹ ਕਿੱਦਾਂ, ਮੋਸਟ ਜਿਹੜੇ ਕਲਾਇੰਟਸ ਨੇ ਸਾਡੇ ਕੋਲੋਂ ਕਿਤੇ ਨਹੀਂ ਜਾਂਦੇ ਵਾਪਸ ਮੁੜ ਕੇ, ਭਾਵੇਂ ਦੁਨੀਆ ਕੋਈ ਕੁਛ ਵੀ ਕਹੀ, ਜੇ ਇਹ ਯਕੀਨ ਤੁਹਾਡਾ ਕਿ ਠੀਕ ਨੇ, ਔਰ ਜਦੋਂ ਅਸੀਂ ਤਸੱਲੀ ਦੇਈ ਦੀ ਵੀ ਠੀਕ ਹੈਗਾ, ਸਮਝਾਈਦਾ, ਦੱਸੀਦਾ, ਅਤੇ ਜ਼ਿਆਦਾਤਰ 100 ਦੇ ਵਿੱਚੋਂ ਇਸ ਵਕਤ 95-97 ਵੀਜ਼ੇ 2-3 ਰਹਿ ਜਾਂਦੇ ਆ, ਜ਼ਿਆਦਾਤਰ ਵੀਜ਼ੇ। ਸੋ ਇਹ ਤੁਹਾਡੀ ਟਿਕਾਅ ਜਿਹੜਾ, ਡੈਫੀਨੇਟਲੀ ਹੁਣ ਅੱਜ ਦੇ ਦਿਨ ਕੈਨੇਡਾ ਦੀ ਗੱਲ ਕਰੀਏ, ਰਿਫਿਊਜ਼ਲ ਹੋਣੀ ਕੋਈ ਇੰਨੀ, ਰਿਫਿਊਜ਼ਲ ਵਾਲੇ ਕੇਸਿਸ ਦੇ ਵੀਜ਼ੇ ਲੱਗਣੇ ਕੋਈ ਇੰਨੀ ਵੱਡੀ ਗੱਲ ਨਹੀਂ ਹੈ, ਕੋਈ ਪ੍ਰੋਬਲਮ ਨਹੀਂ, 2-2-3-3-4 ਵਾਰ ਰਿਫਿਊਜ਼ਡ ਕੇਸਿਸ ਦੇ ਵੀਜ਼ੇ ਆ ਜਾਂਦੇ ਨੇ,
ਲੇਕਿਨ ਤੁਹਾਡਾ ਫੇਥ ਹੋਣਾ ਬਹੁਤ ਜ਼ਰੂਰੀ ਹੈਗਾ। ਫੇਥ ਜਿਹੜੇ ਦੋ ਤਿੰਨ ਰਹਿ ਗਏ ਮੰਨ ਲਓ, ਉਹ ਕਿਸੇ ਦੀਆਂ ਗੱਲਾਂ ਵਿੱਚ ਜਾਂ ਇਸ ਇੱਧਰ ਉੱਧਰ ਸੋਚ ਸਮਝ ਕੇ ਕਿਤੇ ਹੋਰ ਚਲੇ ਗਏ, ਬਲਕਿ ਉਹ ਲੂਜ਼ ਕਰ ਜਾਂਦੇ ਨੇ ਕਿ ਉਹਨਾਂ ਦਾ ਕੰਮ ਰਹਿ ਜਾਂਦਾ ਹੈਗਾ। ਡਾਕਟਰ ਸਾਹਿਬ, ਇੱਕ ਤਾਂ ਹੁੰਦਾ ਨਾ ਕਿ ਕੋਰਸ ਰੈਲੇਵੈਂਸ ਨਹੀਂ ਹੈ, ਜਾਂ ਕਾਲਜ ਠੀਕ ਨਹੀਂ ਸੀ, ਜਾਂ ਕੁਛ ਵੀ ਗਲਤੀ ਹੋ ਗਈ ਪਹਿਲੀ ਵਾਰ, ਆਪਾਂ ਸੁਧਾਰੀ, ਫਿਰ ਦੂਜੇ ਕੰਸਲਟੈਂਟਸ ਕੋਲ ਗਿਆ ਜਾਂ ਉਸੇ ਨੇ ਸੁਧਾਰਤੀ, ਬਿਲਕੁਲ ਫਿਰ ਪ੍ਰੋਬਲਮ ਲੱਗੀ ਆਪਾਂ ਨੂੰ, ਫਿਰ ਸੁਧਾਰ ਲਈ ਨਵਾਂ ਕਾਲਜ ਲੱਭ ਲਿਆ, ਨਵਾਂ ਕੋਰਸ ਲੱਭ ਲਿਆ, ਅੱਛੀਆਂ ਆਪਸ਼ਨਸ ਲੱਭ ਲਈਆਂ, ਜਾਂ ਬੱਚੇ ਨੇ ਕੋਈ ਪਹਿਲਾਂ 6 ਇੱਕ 'ਚ 5.5 ਸੀਗੇ, ਫਿਰ ਦੁਬਾਰਾ ਕੋਸ਼ਿਸ਼ ਕੀਤੀ 6 'ਚ ਹੋ ਗਏ, ਆਪਾਂ ਸੁਧਾਰ ਕਰਦੇ 2-3 ਵਾਰ ਲਾ ਲਿਆ, ਫਿਰ ਵੀ ਵੀਜ਼ਾ ਨਹੀਂ ਆਉਂਦਾ ਹੈ ਨਾ। ਫਿਰ ਮੇਰਾ ਸਵਾਲ ਇਹ ਹੈ ਕਿ ਕਿੰਨੀ ਕੁ ਵਾਰ ਟਰਾਈ ਲੈ ਲੈਣੀ ਚਾਹੀਦੀ ਹੈ, ਜਦੋਂ ਹੁਣ ਸੁਧਾਰ ਦੀ ਤਾਂ ਕੋਈ ਗੁੰਜਾਇਸ਼ ਹੈ ਨਹੀਂ, ਬਿਲਕੁਲ ਸਿਰਫ ਇਹ ਹੁੰਦਾ ਕਿ ਲੱਕ ਨੂੰ ਅਜਮਾਉਣਾ, ਜਾਂ ਵਾਰ ਵਾਰ ਮੱਕੜੀ ਵਾਲਾ ਹਾਲ, ਬਿਲਕੁਲ ਚੜੀ ਜਾਓ ਕਦੇ ਤਾਂ ਚੜਾਂਗੇ, ਬਿਲਕੁਲ। ਸੋ ਉਹਨਾਂ ਹਾਲਾਤਾਂ 'ਚ ਕੀ ਡਿਸੀਜ਼ਨ ਹੁੰਦਾ ਤੁਹਾਡਾ? ਇੱਦਾਂ ਹੈਗਾ ਕਿ ਆਪਾਂ ਕੇਸ ਦੇਖਣਾ, ਜਦੋਂ ਮੰਨ ਲਓ ਦੇਖ ਲਿਆ ਕਿ ਜੀ 1-1.5 ਸਾਲ ਦਾ ਗੈਪ ਹੋ ਗਿਆ, ਆਸਟ੍ਰੇਲੀਆ ਵਾਸਤੇ ਫੰਡਸ ਚਾਹੀਦੇ ਨੇ, ਕੈਨੇਡਾ ਦਾ ਰਿਫਿਊਜ਼ ਹੋ ਗਿਆ, ਆਸਟ੍ਰੇਲੀਆ ਵਾਸਤੇ ਫੰਡ ਇਸ ਤਰ੍ਹਾਂ ਦੇ ਚਾਹੀਦੇ ਨੇ, ਗੈਪ ਹੋ ਗਿਆ, ਨੰਬਰ ਇਸ ਤਰ੍ਹਾਂ ਦੇ ਨੇ ਕਿ ਆਸਟ੍ਰੇਲੀਆ 'ਚ ਨਹੀਂ ਲੱਗਣਾ, ਹੋਰ ਕਿਸੇ ਕੰਟਰੀ 'ਚ ਨਹੀਂ ਲੱਗਣਾ, ਨਿਊਜ਼ੀਲੈਂਡ ਦੀ ਗੱਲ ਕਰਦੇ, ਕਈ ਵਾਰੀ ਬੱਚੇ ਕਹਿੰਦੇ ਜੀ ਅਸੀਂ ਜਾਣਾ ਹੀ ਨਹੀਂ ਹੈਗਾ। ਸੋ ਇਹ ਕੈਨੇਡਾ ਦੀ ਗੱਲ ਕਰੀਏ, ਮੇਰੇ ਸਾਹਮਣੇ ਬੈਠੇ ਆ ਅਤੇ 1 ਰਿਫਿਊਜ਼ ਹੈਗਾ, ਅਤੇ ਮੈਂ ਕਹਿੰਦਾ ਕਿ ਇਹੋ ਜਿਹੇ ਕੇਸਿਸ ਦੇ ਬਹੁਤ ਸਾਰੇ ਦੇ ਵੀਜ਼ੇ ਆ ਜਾਂਦੇ ਨੇ, ਅਸੀਂ ਜਿਹੜਾ ਹੈ ਕਿਸੇ ਹੋਰ ਤੋਂ ਰਿਫਿਊਜ਼ ਹੋ ਕੇ ਆਇਆ, ਸਾਡੇ ਕੋਲ ਲੱਗ ਗਿਆ, ਜਾਂ ਸਾਡੇ ਕੋਲ ਰਿਫਿਊਜ਼ ਹੋ ਗਿਆ, ਅਸੀਂ ਦੁਬਾਰਾ ਲਾਤਾ। ਅਤੇ ਮੈਨੂੰ ਯਾਦ ਹੈ ਕਿ ਮੋਗਾ ਦਾ ਇੱਕ ਕੇਸ ਸੀਗਾ, ਮਨਪ੍ਰੀਤ ਕੌਰ, ਅਤੇ 1 ਵਾਰੀ ਰਿਫਿਊਜ਼ ਕਿਤੋਂ ਹੋਰ ਹੋ ਕੇ ਆਇਆ, ਸਾਡੇ ਕੋਲ ਆ ਗਏ ਅਤੇ ਸਾਡੇ ਕੋਲ ਰਿਫਿਊਜ਼ ਹੋ ਗਿਆ, ਅਤੇ ਮੈਨੂੰ ਕਹਿੰਦੇ ਜੀ ਕਿ ਕਿੱਦਾਂ ਕਰਨਾ, ਜਿੱਦਾਂ ਹੁਣ BA ਦੇ ਵਿੱਚ, ਪੁਆਇੰਟ ਟੂ ਵੀ ਨੋਟਡ ਕਿ BA ਦੇ ਵਿੱਚ ਪਹਿਲੇ ਸਾਲ ਅਤੇ ਦੂਜੇ ਸਾਲ ਦੇ ਵਿੱਚ ਨੰਬਰ ਕਾਫੀ ਘੱਟ ਸੀਗੇ, 40% ਮਾਰਕਸ ਸੀਗੇ ਥਿਊਰੀ ਦੇ ਵਿੱਚ, ਆਲਮੋਸਟ ਸਾਰੇ ਸਬਜੈਕਟਾਂ ਵਿੱਚ ਬੜੇ ਘੱਟ ਨੰਬਰ ਸੀ, 3rd ਈਅਰ ਦੇ ਵਿੱਚ ਨੰਬਰ ਸਾਰੇ ਵਧੀਆ ਸੀਗੇ। ਅਤੇ ਮੇਰਾ ਅੰਬੈਸੀ ਨੂੰ ਕਹਿਣਾ ਇਹ ਸੀਗਾ ਵੀ 1st-2nd ਈਅਰ 'ਚ ਠੀਕ ਹੈ, ਬੱਚੇ ਦੇ ਨੰਬਰ ਘੱਟ ਸੀਗੇ, 3rd ਈਅਰ 'ਚ ਬੱਚਾ ਇੰਪਰੂਵ ਕਰ ਗਿਆ ਹੈਗਾ ਅਤੇ ਹੁਣ ਅੱਗੇ ਠੀਕ ਪੜ੍ਹੇਗਾ ਅਤੇ ਅੱਗੇ ਇੰਪਰੂਵਮੈਂਟ ਹੋ ਗਈ ਹੈਗੀ ਹੈ, ਤੁਹਾਨੂੰ ਵੀਜ਼ਾ ਦਿੱਤਾ ਜਾਵੇ। ਅੰਬੈਸੀ ਦਾ ਓਬਜੈਕਸ਼ਨ ਸੀਗਾ ਵੀ ਨੰਬਰ ਠੀਕ ਨਹੀਂ ਹੈਗੇ। ਸੋ ਪਹਿਲੀ ਵਾਰ ਰਿਫਿਊਜ਼, ਫਿਰ ਦੂਜੀ ਵਾਰੀ ਕਹਿੰਦੀ ਕੀ ਕਰੀਏ, ਮੈਂ ਕਿਹਾ ਹੋਰ ਤਾਂ ਕੋਈ ਹੱਲ ਹੈ ਨਹੀਂ, 1 ਵਾਰੀ ਆਪਾਂ ਦੁਬਾਰਾ ਕੇਸ ਲਾ ਕੇ ਮੈਨੂੰ ਆਪਣੀ ਗੱਲ ਜ਼ੋਰ ਦੇ ਕੇ ਕਹੂੰਗਾ ਮੈਂ। ਦੂਜੀ ਵਾਰੀ ਕੇਸ ਲਾਇਆ, ਫਿਰ ਰਿਫਿਊਜ਼ ਹੋ ਗਿਆ, ਤੀਜੀ ਵਾਰੀ ਲਾਇਆ, ਫਿਰ ਕਹਿੰਦੀ ਕੀ ਕਰੀਏ, ਮੈਂ ਕਿਹਾ ਹੋਰ ਕੋਈ ਆਪਸ਼ਨ ਹੈ ਨਹੀਂ, ਚਲੋ ਅੰਬੈਸੀ ਫੀਸ ਹੀ ਲੱਗਣੀ ਆ, ਅਸੀਂ ਫੀਸ ਪਹਿਲਾਂ ਨਹੀਂ ਲੈਂਦੇ, ਵੀਜ਼ੇ ਤੋਂ ਬਾਅਦ ਲੈ ਲਾਂਗੇ, ਅਤੇ ਦੁਬਾਰਾ ਲਾਉਣਾ ਚਾਹੀਦਾ। 7 ਵਾਰੀ ਰਿਫਿਊਜ਼ ਹੋਇਆ ਇਸ ਤਰ੍ਹਾਂ ਹੀ ਕਰਕੇ, ਔਰ ਬੰਦੇ ਵਧੀਆ ਸੀਗੇ, ਤਾਂ ਅਦਰਵਾਈਜ਼ ਜੇ ਥੋੜ੍ਹੀ ਜਿਹੀ ਵੀ ਟੋਨ ਗਲਤ ਹੋ ਜੇ ਜਾਂ ਕੁਛ ਉਹਨਾਂ ਦਾ ਦਿਮਾਗ ਜਾਂ ਇੱਧਰ ਉੱਧਰ ਹੋਵੇ ਤਾਂ ਅਸੀਂ ਵੀ ਕਹਿ ਦਿੰਦੇ ਹਾਂ ਵੀ ਕੋਈ ਕੇਸ ਨੂੰ ਲੈ ਜਾਓ। 7 ਵਾਰੀ ਕੇਸ ਰਿਫਿਊਜ਼ ਹੋ ਕੇ 8ਵੀਂ ਵਾਰੀ ਜਦੋਂ ਲਾਇਆ ਤਾਂ ਵੀਜ਼ਾ ਉਹਦਾ ਆਇਆ ਸੀਗਾ। ਔਫਕੋਰਸ ਸਾਡੀ ਖੁਸ਼ੀ ਦਾ ਟਿਕਾਣਾ ਨਹੀਂ ਹੁੰਦਾ ਵੀ ਬੱਚੇ ਦੀ ਜ਼ਿੰਦਗੀ ਬਣ ਗਈ ਔਰ ਬੱਚੇ ਨੂੰ ਆਪਣਾ ਕੈਰੀਅਰ ਬਣਾਉਣ ਦੇ ਵਿੱਚ ਅਸੀਂ ਹੈਲਪ ਕਰ ਦਿੱਤੀ। ਸੋ ਇਸ ਤਰੀਕੇ ਨਾਲ ਇਹ ਜਿਹੜਾ ਕੇਸ ਟੂ ਕੇਸ ਡੈਫੀਨੇਟਲੀ ਡਿਪੈਂਡ ਕਰਦਾ ਹੈਗਾ। ਅਗਰ ਕੈਨੇਡਾ ਤੋਂ ਨਹੀਂ ਹੋਇਆ, ਕਿਸੇ ਹੋਰ ਥਾਂ ਦੀ ਪ੍ਰੋਫਾਈਲ ਹੈਗੀ ਆ, ਫੰਡਸ ਹੈਗੇ ਨੇ, ਕੋਸ਼ਿਸ਼ ਔਰ ਸਾਨੂੰ ਲੱਗਦਾ ਕਿ ਕਿਸੇ ਕਾਰਨ ਕਰਕੇ ਇੱਕ ਥਾਂ ਨਹੀਂ ਵੀਜ਼ਾ ਲੱਗ ਸਕਦਾ, ਤਾਂ ਅਸੀਂ ਆਪ ਦੱਸਦੇ ਹਾਂ ਕਿ ਇੱਧਰ ਨਹੀਂ ਇੱਧਰ ਕਿਸੇ ਹੋਰ ਕੰਟਰੀ ਦਾ ਵੀਜ਼ਾ ਲਾ ਲਈਏ। ਇਹ ਤਾਂ ਚਲੋ ਇਹ ਹੋ ਗਿਆ ਕਿ ਕਈ ਵਾਰ ਵੀਜ਼ਾ ਅਫਸਰ ਜਾਂ ਵਿਦਿਆਰਥੀ ਦਾ ਲੱਕ ਕਹਿ ਲਓ, ਛੋਟੀ ਜਿਹੀ ਗਲਤੀ ਹੋ ਗਈ, ਰੈਲੇਵੈਂਸ ਕੋਰਸ ਨਹੀਂ ਹੈ, ਕਾਲਜ ਗਲਤ ਲੈ ਬੈਠੇ ਹਾਂ, ਕੋਈ SOP 'ਚ ਗੜਬੜ ਹੋ ਗਈ, ਕੋਈ ਡਾਕੂਮੈਂਟ ਸਹੀ ਨਹੀਂ ਭੇਜਿਆ ਗਿਆ, ਅਸੀਂ ਗਲਤੀਆਂ ਸੁਧਾਰ ਲਈਆਂ ਵੀਜ਼ਾ ਲੱਗ ਗਿਆ। ਇੱਕ ਗਲਤੀ ਸਾਨੂੰ ਦਿਖ ਰਹੀ ਹੈ ਕਿ ਅੱਜ ਕੱਲ੍ਹ 5.5 ਦੇ ਵੀਜ਼ਾ ਘੱਟ ਆ ਰਿਹਾ, ਪਰ ਆ ਰਿਹਾ, ਬਹੁਤ ਆ ਰਿਹਾ ਨਾ। ਪਰ ਜਿਹੜਾ ਵਿਦਿਆਰਥੀ 6-1 'ਚ 5.5 ਰਹਿ ਗਏ ਨੇ, ਪਹਿਲਾਂ ਤਾਂ ਮੈਂ ਉਹਨਾਂ ਦਾ ਸਕਸੈਸ ਰੇਟ ਇਸ ਵਕਤ ਪੁੱਛਣਾ ਚਾਹੂੰਗਾ, ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਜਿਹਨਾਂ ਦੀ ਰਿਫਿਊਜ਼ਲ ਆ ਜਾਂਦੀ ਹੈ ਇਹਨਾਂ ਹਾਲਾਤਾਂ ਦੇ ਵਿੱਚ, ਸਕਸੈਸ ਰੇਟ ਕੀ ਆ ਰਿਹਾ 5.5 ਇਸ ਵਕਤ? ਜਿਹੜਾ ਹੈ 6-5.5 ਓਵਰਆਲ, 6 ਨੋਟ ਲੈਸ ਦੈਨ 5.5 ਜਿਹੜਾ ਕਿ ਨੋਨ SDS ਜਾਂ ਜਨਰਲ ਕੈਟੇਗਰੀ ਦੇ ਵਿੱਚ ਲੱਗੇਗਾ। ਚੰਗੀ ਗੱਲ ਇਹ ਹੈ ਕਿ ਜੂਨ ਦੇ ਵਿੱਚ ਜਿਹੜਾ ਰੂਲ ਚੇਂਜ ਹੋਏ, SDS SPP ਨੂੰ ਬਦਲ ਕੇ SDS ਕਰ ਦਿੱਤਾ ਔਰ 6E 'ਚ ਬੈਂਡ ਕਰ ਦਿੱਤੇ, ਅਤੇ ਸਾਨੂੰ ਸੀਗਾ ਕਿ ਸ਼ਾਇਦ ਜਨਰਲ ਦੇ ਵਿੱਚ ਨੋਨ SDS 'ਚ ਵੀਜ਼ਾ ਸਕਸੈਸ ਰੇਟ ਦੀ ਪ੍ਰੋਬਲਮ ਆ ਸਕਦੀ ਹੈ। ਲੇਕਿਨ ਜਿੰਨੇ ਵੀ ਅਸੀਂ ਕੇਸਿਸ ਲਾਏ ਔਰ ਡੈਫੀਨੇਟਲੀ ਜਿਨ੍ਹਾਂ ਦੇ 6-5.5 ਸੀਗੇ ਓਵਰਆਲ, 6 ਨੋਟ ਲੈਸ ਦੈਨ 5.5, ਉਹਨਾਂ ਦਾ ਅਸੀਂ ਕੋਸ਼ਿਸ਼ ਤਾਂ ਕਰਨੀ ਸੀ ਉਦੋਂ ਨਵੇਂ ਰੂਲ ਜਦੋਂ ਚੇਂਜ ਹੋਏ। ਜਦੋਂ ਅਸੀਂ ਕਾਲਜਾਂ 'ਚ ਅਪਲਾਈ ਕੀਤਾ, ਬੜੇ ਸਾਰੇ ਕਾਲਜਿਸ ਨੇ ਹਾਲੇ ਵੀ, ਕੋਨੈਸਟੋਗਾ ਕਾਲਜ ਹੈਗਾ, ਕੈਂਬਰੀਅਨ ਕਾਲਜ ਸਡਬਰੀ ਦਾ ਜਿਹੜਾ ਕੈਂਪਸ ਉਹ ਹੈਗਾ, ਕਿਊਬੈਕ ਦੇ ਬੜੇ ਸਾਰੇ ਕਾਲਜਿਸ ਹੈਗੇ, ਸੂ ਕਾਲਜ ਜਿਹੜਾ SAULT ਸਾਲਟ ਕਾਲਜ ਜਿਹੜਾ ਹੈਗਾ, ਉਸ ਦੇ ਵਿੱਚ ਜਿਹੜਾ ਸੇਂਟ ਮੇਰੀ ਸਿਟੀ ਦੇ ਵਿੱਚ ਹੈ, ਓਵਰਆਲ 6 ਨੋਟ ਲੈਸ ਦੈਨ 5.5 ਹੈਗਾ। CNC ਕੈਨੇਡੀਅਨ ਕਾਲਜ ਆਫ ਨਿਊ ਕੈਲੇਡੋਨੀਆ ਜਿਹੜਾ ਹੈਗਾ, ਉਸ ਦੇ ਓਵਰਆਲ 6 ਨੋਟ ਲੈਸ ਦੈਨ 5.5 ਬੈਂਡ ਹੈਗੇ ਹੈ। ਅਤੇ ਪੈਰੀਫਰੀ ਦੇ ਖਾਸ ਤੌਰ 'ਤੇ ਕਾਲਜਿਸ, ਜਾਂ ਕੋਨੈਸਟੋਗਾ ਜਿਹੜਾ ਕਿਚਨਰ ਟੋਰੰਟੋ ਤੋਂ 1 ਘੰਟੇ ਦਾ ਰਸਤਾ। ਸੋ ਇਹ ਬੜੀ ਸਾਰੀ ਆਪਸ਼ਨਸ ਹੈਗੀਆਂ, ਖਾਸ ਤੌਰ 'ਤੇ ਕਿਊਬੈਕ ਸਟੇਟ ਜਿਹੜੀ ਹੈਗੀ ਹੈ, ਪ੍ਰੋਵਿੰਸ ਹੈਗੀ ਹੈ ਜਿਹੜੀ, ਉਸ ਦੇ ਬਹੁਤ ਸਾਰੇ ਕਾਲਜਿਸ ਓਵਰਆਲ 6 ਨੋਟ ਲੈਸ ਦੈਨ 5.5 ਨੂੰ ਐਡਮਿਸ਼ਨਸ ਦੇ ਰਹੇ ਨੇ। ਐਡਮਿਸ਼ਨ ਹੋ ਗਈ, ਔਫਰ ਲੈਟਰ ਆ ਗਈ,
ਅਤੇ ਵੀਜ਼ਾ ਸਕਸੈਸ ਰੇਟ ਅਬਾਊਟ 80-90% ਜਿਹੜਾ ਕਿ ਇਸ ਵਕਤ ਰੱਬ ਦੀ ਮਿਹਰ ਨਾਲ ਜਿਹੜਾ ਐਸ ਡੀ ਐਸ ਦੀ ਗੱਲ ਕਰੀਏ 95-97% ਔਰ ਜਿਹੜਾ ਨੋਨ ਐਸ ਡੀ ਐਸ ਜਨਰਲ ਦੀ ਗੱਲ ਕਰੀਏ ਅਬਾਊਟ 85-90%। ਬੜਾ ਅੱਛਾ ਹਾਈ ਸਕਸੈਸ ਰੇਟ ਚੱਲਦਾ ਪਿਆ। ਇਸ ਦੇ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਜਿਸ ਤਰ੍ਹਾਂ ਇਸ ਵਕਤ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਦਰਵਾਜ਼ੇ 100% ਖੁੱਲ੍ਹੇ ਦਾ ਮਤਲਬ ਇਹ ਹੈ ਕਿ ਸ਼ਾਇਦ ਹੀ ਕੋਈ ਜਿਹਨੂੰ ਰੱਬ ਹੀ ਰੋਕ ਦੇਵੇ ਉਸ ਦਾ ਹੀ ਰਿਫਿਊਜ਼ ਹੁੰਦਾ। ਅਦਰਵਾਈਜ਼ ਵੈਰੀ ਵੈਰੀ ਲੋ ਮਾਰਕਸ ਜਿਹੜੇ ਨੇ ਮੈਥਮੈਟਿਕਸ ਦੇ ਵਿੱਚ, ਬਹੁਤ 33 ਨੰਬਰ 100 ਦੇ ਵਿੱਚੋਂ, ਅਤੇ ਆਮ ਤੌਰ 'ਤੇ ਸਾਨੂੰ ਲੱਗਦਾ ਔਰ ਈਵਨ ਫਿਜ਼ਿਕਸ ਦੇ ਵਿੱਚ, ਕੈਮਿਸਟਰੀ ਦੇ ਵਿੱਚ, ਫਿਜ਼ਿਕਸ ਦੇ ਵਿੱਚ ਇੱਕ ਪ੍ਰੋਫਾਈਲ ਸ਼ੇਅਰ ਕਰਦਾ ਹੈਗਾ, ਰੀਸੈਂਟਲੀ ਵੀਜ਼ਾ ਲੱਗਿਆ ਕੱਲ੍ਹ। ਇੰਗਲਿਸ਼ ਦੇ ਵਿੱਚ 100 ਦੇ ਵਿੱਚੋਂ 65 ਔਰ ਫਿਜ਼ਿਕਸ ਦੇ ਵਿੱਚ ਇਕੱਲੀ ਥਿਊਰੀ ਦੀ ਗੱਲ ਕਰਦੇ ਹਾਂ 70 ਵਿੱਚੋਂ 23, ਕੈਮਿਸਟਰੀ ਦੇ ਵਿੱਚ 70 ਵਿੱਚੋਂ 24 ਔਰ ਮੈਥਮੈਟਿਕਸ 100 ਦੇ ਵਿੱਚੋਂ 33। ਸੋ ਇਹ ਫਿਜ਼ਿਕਸ, ਕੈਮਿਸਟਰੀ, ਮੈਥ ਤਾਂ ਆਲਮੋਸਟ ਫੇਲ ਵਾਲੀ ਗੱਲ ਹੀ ਹੈ, 33-33% ਸੀਗੇ, ਲੇਕਿਨ ਇੰਗਲਿਸ਼ ਦੇ ਵਿੱਚ 65%। ਸੋ ਉਸਦਾ ਵੀਜ਼ਾ ਅਤੇ ਅਦਰਵਾਈਜ਼ ਸਟੂਡੈਂਟ ਵੀ ਸੋਚਦੇ ਕਿ ਸ਼ਾਇਦ ਬਹੁਤ ਘੱਟ ਨੰਬਰ ਨੇ, ਅਸੀਂ ਵੀ ਪਹਿਲਾਂ ਸੋਚਦੇ ਸੀ, ਹੁਣ ਵੀ ਮਨ 'ਚ ਆ ਜਾਂਦਾ ਪਤਾ ਨਹੀਂ ਵੀਜ਼ਾ ਲੱਗੂਗਾ ਕਿ ਨਹੀਂ, ਲੇਕਿਨ ਆਪਣੇ ਆਪ ਸੋਚ ਕੇ ਜਾਂ ਇੱਕ ਕੰਸਲਟੈਂਟ ਨੇ ਕਿਹਾ ਤਾਂ ਜੇ ਤਾਂ ਲੱਗਦਾ ਨਹੀਂ ਹੈ ਵੀਜ਼ਾ ਆਊਗਾ, ਅਤੇ ਅਪਸੈਟ ਹੋ ਕੇ ਹਥਿਆਰ ਸਿੱਟਣ ਦੀ ਜ਼ਰੂਰਤ ਨਹੀਂ ਹੈ। ਡੈਫੀਨੇਟਲੀ ਕੰਸਲਟੈਂਟਸ ਨੂੰ ਮਿਲੋ ਔਰ ਅਗਰ ਕੋਈ ਚੰਗਾ ਕੰਸਲਟੈਂਟ ਤੁਹਾਨੂੰ ਚੰਗੀ ਉਮੀਦ ਦਿੰਦਾ ਹੈ ਰੈਪੂਟੇਸ਼ਨ ਦੇ ਨਾਲ, ਔਫਕੋਰਸ ਗਾਈਡੈਂਸ, ਨੋਟ ਮਿਸ ਗਾਈਡੈਂਸ, ਜੈਨੂਅਨ ਸੇਵਾ ਵਾਲਾ ਕੰਮ ਕਰਨ ਵਾਲਾ ਜਿਹੜਾ ਹੈ ਤੁਹਾਨੂੰ ਅਗਰ ਉਮੀਦ ਦਿੰਦਾ ਹੈ ਤਾਂ ਘਰ ਬੈਠਣ ਨਾਲੋਂ ਕੋਸ਼ਿਸ਼ ਕਰ ਲੈਣੀ ਚਾਹੀਦੀ ਹੈ। ਟਾਈਮ 'ਤੇ ਜ਼ਰੂਰ ਡਿਪੈਂਡ ਕਰਦਾ, ਕਿਸੇ ਵਕਤ ਆਸਟ੍ਰੇਲੀਆ ਦਾ ਸੰਧੂ ਸਾਹਿਬ 2008 ਦੀ ਗੱਲ ਹੈ, ਐਵਰੀਬਡੀ ਵਾਜ ਗੋਇੰਗ ਟੂ ਆਸਟ੍ਰੇਲੀਆ, ਕੈਨੇਡਾ ਦੇ ਦਰਵਾਜ਼ੇ ਬੰਦ ਸੀਗੇ, 10 ਵਿੱਚੋਂ 2 ਵੀਜ਼ੇ ਲੱਗਦੇ ਹੁੰਦੇ ਸੀ, ਆਸਟ੍ਰੇਲੀਆ ਦੇ 10 ਵਿੱਚੋਂ 9 ਵੀਜ਼ੇ ਲੱਗਦੇ ਸੀ, ਸਭ ਆਸਟ੍ਰੇਲੀਆ ਜਾਂਦੇ ਸੀ। 2009 ਤੋਂ ਬਾਅਦ ਆਸਟ੍ਰੇਲੀਆ ਘੱਟ ਗਿਆ ਅਤੇ ਕੈਨੇਡਾ ਦੇ ਇਸ ਵਕਤ ਜਿਹੜਾ ਅੱਜ ਦੇ ਦਿਨ ਦਾ ਫਿਰ ਜਿਹੜਾ 2-3-4 ਸਾਲ ਦੀ ਵੀ ਗੱਲ ਕਰੀਏ 60%, 70%, 80% ਤੱਕ ਸਕਸੈਸ ਰੇਟ ਰਿਹਾ। ਇਸ ਵਕਤ ਜਿਹੜਾ ਸਕਸੈਸ ਰੇਟ ਜਿਹੜਾ ਬਹੁਤ ਹੀ ਹਾਈ, ਜਿਹੜਾ ਰਿਕਾਰਡ ਵਾਲਾ ਹੈਗਾ, ਅਬਾਊਟ 95-97%, ਅਤੇ ਕੋਸ਼ਿਸ਼ ਕਰਨੀ ਚਾਹੀਦੀ। ਅੱਛਾ ਡਾਕਟਰ ਸਾਹਿਬ, ਜਿਵੇਂ ਆਪਾਂ ਅੱਜ ਡਿਸਕਸ਼ਨ ਕਰ ਰਹੇ ਹਾਂ ਕਿ ਇੱਕ ਰਿਫਿਊਜ਼ਲ ਵਿਦਿਆਰਥੀ ਕਿੰਨੀ ਵਾਰ ਅਪਲਾਈ ਕਰੇ, ਕਿਵੇਂ ਅਪਲਾਈ ਕਰੇ, ਕੀ ਆਪਸ਼ਨਸ, ਕੀ ਉਹਦੇ ਚਾਂਸਿਸ ਬਣਦੇ ਨੇ, 6 ≤ 5.5 ਨੂੰ ਜੇ ਅਸੀਂ ਵਾਰ ਵਾਰ ਰਿਫਿਊਜ਼ਲ ਆ ਗਿਆ ਕੋਈ ਵਿਦਿਆਰਥੀ, ਅਪਲਾਈ ਕਰੀ ਜਾ ਰਿਹਾ ਵਾਰ, ਇਹਨਾਂ ਦੇ ਵੀ ਚਾਂਸ ਬਣ ਜਾਂਦੇ ਰਿਫਿਊਜ਼ਲ ਤੋਂ ਬਾਅਦ? ਬਿਲਕੁਲ ਰਿਜ਼ਾਨ ਦੇ, ਬਿਲਕੁਲ ਹਰ ਇੱਕ ਕੇਸ ਦਾ। ਦੇਖੋ, ਮੈਂ ਇਹ ਸੋਚਦਾ ਜਿਹੜੀ ਤੁਸੀਂ ਗੱਲ ਤੁਹਾਡੇ ਦਿਮਾਗ ਦੇ ਵਿੱਚ ਆਉਂਦੀ ਪਈ ਹੈ ਵੀ ਨੋਨ ਐਸ ਡੀ ਐਸ ਜਨਰਲ ਕੇਸ ਹੈ, ਰਿਫਿਊਜ਼ ਹੋ ਗਿਆ, ਕਿਆ ਉਹਦਾ ਦੁਬਾਰਾ ਦਾ ਕਿਵੇਂ ਉਹਦਾ ਮਤਲਬ ਕੀ ਸੋਚ ਕੇ ਵੀਜ਼ਾ ਅਫਸਰ ਦੇਗਾ? ਸੋ ਉਹ ਉਸਦਾ ਜਵਾਬ ਮੇਰੇ ਦਿਮਾਗ ਦੇ ਵਿੱਚ ਇੱਕੋ ਹੀ ਹੈ ਵੀ ਕਈ ਵੀਜ਼ਾ ਅਫਸਰ ਰੱਬ ਦੇ ਬੰਦੇ ਹੁੰਦੇ ਆ ਜਿਨ੍ਹਾਂ ਨੇ ਕੋਈ ਨਾ ਕਰਨੀ ਨਹੀਂ, ਬਾਬਾ ਨਾਨਕ ਜੀ ਜਿੱਦਾਂ ਹੈਗਾ ਆਪਾਂ ਸਾਰੀ ਸਟੋਰੀ ਸੁਣੀ ਹੈ, ਸੋ ਉਹ ਜਿਹੜਾ ਉਹਨਾਂ ਨੇ ਵੀਜ਼ੇ ਹੀ ਸਾਰਿਆਂ ਨੇ ਦੇਣੇ ਹੈਗੇ, ਅਤੇ ਇਹੋ ਜਿਹਾ ਕਿੰਨਾ ਵੀ ਗਲਤ ਕੇਸ ਹੋਵੇ, ਕਾਫੀ ਵੀਕ ਕੇਸਿਸ ਦੇ ਵਿੱਚ ਵੀ ਵੀਜ਼ੇ ਆ ਜਾਂਦੇ ਹੈਗੇ ਆ। ਔਰ ਜਨਰਲ ਦੀ ਗੱਲ ਕਰੀਏ ਨੰਬਰ ਵੀ ਘੱਟ, ਬੈਂਡ ਵੀ ਐਸ ਡੀ ਐਸ ਵਾਲੇ ਨਹੀਂ ਹੈਗੇ, ਓਵਰਆਲ 6 ≤ 10 ਜਨਰਲ ਵਾਲਾ ਕੇਸ ਹੈਗਾ, ਔਰ ਇੱਕ ਵਾਰੀ ਨਹੀਂ ਲੱਗਿਆ, ਦੂਜੀ ਵਾਰੀ, ਤੀਜੀ ਵਾਰੀ ਜਿਹੜਾ ਹੈ ਵੀਜ਼ਾ ਲੀ, ਇਹਦੇ 'ਚ ਗੱਲ ਮੈਂ ਕੀ ਕਰਦਾ, ਲੀਨੀਅੰਟ ਵੀਜ਼ਾ ਅਫੀਸਰ, ਲੀਨੀਅੰਟ ਵੀਜ਼ਾ ਅਫੀਸਰ ਜਿਹੜਾ ਕਹਿੰਦਾ ਚੱਲ ਜਾ ਰਿਹਾ, ਤਾਂ ਇਨਸਾਨ ਹੀ ਹੋ ਅਸਲ 'ਚ, ਬਿਲਕੁਲ, ਲੇਕਿਨ ਤਾਂ ਹੈ ਨਹੀਂ ਕੋਈ, ਬਿਲਕੁਲ ਕਿਤੇ ਨਾ ਕਿਤੇ ਦਿਮਾਗ 'ਚ ਤਾਂ ਕੋਈ ਚੀਜ਼ ਆ ਹੀ ਜਾਂਦਾ, ਤਰਸ ਦੇ ਆਧਾਰ 'ਤੇ ਹੀ ਮਿਲ ਜਾਂਦਾ। ਬਿਲਕੁਲ, ਇਹ ਵਰਡ ਮੈਂ ਯੂਜ਼ ਨਹੀਂ ਕਰਨਾ ਚਾਹੁੰਦਾ ਸੀਗਾ, ਜਿਹੜਾ ਤੁਸੀਂ ਬਿਲਕੁਲ ਰਾਈਟ, ਕਈ ਵਾਰ ਹੋ ਜਾਂਦਾ ਕਿ ਵਿਚਾਰਾ ਇੰਨੀ ਕੋਸ਼ਿਸ਼ ਕਰ ਰਿਹਾ, ਦੇ ਦੀਏ, ਬਿਲਕੁਲ ਸਹੀ ਗੱਲ ਹੈ। ਅਤੇ ਡੈਫੀਨੇਟਲੀ, ਲੇਕਿਨ ਇੱਕ ਚੀਜ਼ ਸੰਧੂ ਸਾਹਿਬ, ਮੈਂ ਜਿਹੜੀ ਇੱਕ ਚੀਜ਼ ਦੇਖੀ ਹੈ, ਜਿਹੜਾ ਡੈਫੀਨੇਟਲੀ ਅਸੀਂ ਜਦੋਂ ਕਰਦੇ ਹਾਂ 10 ਵਿੱਚੋਂ ਮਤਲਬ 100 ਵਿੱਚੋਂ 95 ਵੀਜ਼ੇ ਆਉਂਦੇ ਆ, ਅਤੇ ਇੱਕ ਚੀਜ਼ ਤਾਂ ਡੈਫੀਨੇਟਲੀ ਹੈ, ਇੰਨੇ ਸਾਲਾਂ ਦੇ ਤਜਰਬੇ ਦੇ ਨਾਲ ਮੰਤਰ ਜ਼ਰੂਰ ਨੇ ਕਿ ਕਿਸ ਤਰ੍ਹਾਂ ਦੇ ਪ੍ਰੋਫਾਈਲ ਨੂੰ, ਮੰਨ ਲਓ ਫਿਜ਼ਿਕਸ 'ਚ ਨੰਬਰ ਘੱਟ ਨੇ, ਫਿਜ਼ਿਕਸ ਵਾਲਾ ਕੋਰਸ ਨਾ ਦਈਏ, ਕੈਮਿਸਟਰੀ 'ਚ ਨੰਬਰ ਘੱਟ ਨੇ, ਕੈਮਿਸਟਰੀ 'ਚ ਵਾਲਾ ਨੰਬਰ ਜਿਹੜਾ ਕੋਰਸ ਨਾ ਦਈਏ। ਇੱਕ ਇਗਜ਼ਾਮਪਲ ਦੇ ਤੌਰ 'ਤੇ ਪਲੱਸ ਟੂ ਕਾਮਰਸ ਬੱਚੇ ਨੇ ਕੀਤੀ ਹੈ ਔਰ ਉਸ ਦੇ ਜਿਹੜਾ ਥਿਊਰੀ ਦੀ ਗੱਲ ਕਰਨੀ ਹੈ, ਬਿਜ਼ਨਸ ਸਬਜੈਕਟ ਦੇ ਵਿੱਚ 70 ਦੇ ਵਿੱਚੋਂ ਮੰਨ ਲਓ ਕਿ 70 ਦੇ ਵਿੱਚੋਂ 45 ਨੰਬਰ ਨੇ, 35 ਨੂੰ ਟੱਪ ਗਏ, 50% ਨੂੰ ਟੱਪ ਗਏ, ਬਿਜ਼ਨਸ ਦੇ ਚੰਗੇ ਨੰਬਰ ਹੋ ਗਏ, ਔਰ ਅਕਾਊਂਟੈਂਸੀ ਦੇ ਵਿੱਚ 70 ਦੇ ਵਿੱਚੋਂ 27 ਨੰਬਰ ਨੇ, ਅਤੇ 35 ਤੋਂ ਕਾਫੀ ਘੱਟ ਗਿਆ, ਅਤੇ ਆਲਮੋਸਟ ਅਸੀਂ ਮੇਰੀ ਭਾਸ਼ਾ ਦੇ ਵਿੱਚ ਉਹ ਜਿਹੜਾ ਹੈ ਅਕਾਊਂਟੈਂਸੀ 'ਚ ਫੇਲ ਹੈ, ਬਿਜ਼ਨਸ 'ਚ ਪਾਸ ਹੈ। ਸੋ ਮੈਂ ਉਹੋ ਜਿਹੇ ਬੜੇ ਸਾਰੇ ਕੇਸ ਦੇਖੇ ਜਿਹੜਾ ਕਿ ਉਸਨੂੰ ਅਕਾਊਂਟੈਂਸੀ ਦਾ ਕੋਰਸ ਦਿੱਤਾ, ਜੋ ਬੱਚਾ ਇੰਡੀਆ ਦੇ ਵਿੱਚ 70 ਵਿੱਚੋਂ 27 ਨੰਬਰ ਲੈ ਰਿਹਾ, 35-50% ਨਹੀਂ ਲੈ ਸਕਦਾ, ਸੋ ਉਹ ਅਕਾਊਂਟੈਂਸੀ ਦੇ ਪੋਸਟ ਸੈਕੰਡਰੀ ਕੋਰਸ ਨੂੰ ਪਾਸ ਨਹੀਂ ਕਰ ਸਕੇਗਾ, ਇਹ ਸੋਚ ਕੇ ਵੀਜ਼ਾ ਆਫੀਸਰ ਰਿਫਿਊਜ਼ ਕਰਦਾ। ਅਤੇ ਹੁਣ ਤਰੀਕਾ ਕੀ ਹੈ, ਜੇ ਅਕਾਊਂਟੈਂਸੀ 'ਚ ਨੰਬਰ ਘੱਟ ਨੇ ਤਾਂ ਬਿਜ਼ਨਸ 'ਚ ਠੀਕ ਨੇ, ਬਿਜ਼ਨਸ ਦਾ ਸਬਜੈਕਟ ਦੇ ਦਈਏ, ਜੇ ਬਿਜ਼ਨਸ 'ਚ ਨੰਬਰ ਘੱਟ ਨੇ, ਅਕਾਊਂਟੈਂਸੀ ਦੇ ਵਿੱਚ ਚੰਗੇ ਨੰਬਰ ਨੇ, 50% ਨੂੰ ਟੱਪ ਗਿਆ ਥਿਊਰੀ ਦੇ ਵਿੱਚ, ਅਤੇ ਆਪਾਂ ਅਕਾਊਂਟੈਂਸੀ ਦਾ ਕੋਰਸ ਦੇ ਦਈਏ, ਇੰਨੀ ਕੁ ਜਿਹੜਾ ਮੰਤਰ ਛੋਟਾ ਜਿਹਾ ਹੈਗਾ, ਕੋਮਨ ਸੈਂਸ ਹੈਗੀ ਹੈ ਜਿਹੜਾ ਕਿ ਵਿੱਚ ਮੇਕ ਸੈਂਸ ਸਮਝ ਆਉਂਦਾ ਪਿਆ, ਸੋ ਉਹ ਜਿਹੜਾ ਹੈਗਾ ਇੱਦਾਂ ਕਰਨ ਦੇ ਨਾਲ ਇਹ ਮੰਤਰ ਜ਼ਰੂਰ ਥੋੜ੍ਹੇ ਜਿਹੇ ਧਿਆਨ 'ਚ ਰੱਖਣੇ ਪੈਣਗੇ। ਡਾਕਟਰ ਸਾਹਿਬ, ਜਿਵੇਂ ਤੁਸੀਂ ਪਿਛਲੇ
ਕਈ ਹਫ਼ਤਿਆਂ ਤੋਂ ਇੱਕ ਅਨਾਊਂਸਮੈਂਟ ਕਰ ਰਹੇ ਹੋ ਕਿ ਪਾਇਨਰ ਇਮੀਗ੍ਰੇਸ਼ਨ ਕੈਨੇਡਾ ਦੇ ਨਾਲ ਨਾਲ ਬਾਕੀ ਦੇਸ਼ਾਂ ਦੀਆਂ ਫਾਈਲ ਵੀ ਲਾਉਂਦਾ, ਪਹਿਲਾਂ ਵੀ ਲਾਉਂਦਾ ਸੀਗਾ, ਤੁਸੀਂ ਅਨਾਊਂਸਮੈਂਟ ਨਹੀਂ ਕੀਤੀ ਨਾ, ਆਸਟ੍ਰੇਲੀਆ ਹੋ ਗਿਆ, ਨਿਊਜ਼ੀਲੈਂਡ ਹੋ ਗਿਆ ਜਾਂ ਸਪੈਸ਼ਲੀ ਯੂਰਪ ਹੋ ਗਿਆ। ਹੁਣ ਜਦੋਂ ਤੁਹਾਡੇ ਕੋਲ ਬੱਚਾ ਆਉਂਦਾ ਆਉਂਦਾ ਸਪੈਸ਼ਲੀ ਕੈਨੇਡਾ ਲਈ, ਜੀ ਮੇਰੇ 5.5 ਬੈਂਡ ਨੇ ਜੀ ਬਟ ਮੈਂ ਕੈਨੇਡਾ ਜਾਣਾ, ਸੋ ਤੁਹਾਡੇ ਕੋਲ ਬਹੁਤ ਸਾਰੀਆਂ ਆਪਸ਼ਨ ਬਣ ਜਾਂਦੀਆਂ ਹੈਗੀਆਂ। 5.5 ਬੈਂਡ 60% ਵਾਲੇ ਬੱਚਿਆਂ ਲਈ ਬੈਸਟ ਆਪਸ਼ਨ ਕੀ ਹੈ ਕੈਨੇਡਾ ਤੋਂ ਇਲਾਵਾ? ਕੈਨੇਡਾ ਤੋਂ ਇਲਾਵਾ ਯੂਰਪ ਜਿਹੜਾ ਹੈਗਾ, ਯੂਰਪ ਦੇ ਬੜੇ ਸਾਰੇ ਕੰਟਰੀਜ਼ ਲੋ ਬੈਂਡਸ ਔਰ ਵਿਦਆਊਟ ਆਇਲਸ ਜਿਹੜੇ ਹੈ ਉਹ ਵੀ ਲੈਂਦੇ ਨੇ, ਔਰ ਪੜ੍ਹਾਈ ਕਰਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਵੀ ਹੈ, ਕੁਛ ਟਾਈਮ ਉੱਥੇ ਰਹਿਣ ਤੋਂ ਬਾਅਦ PR ਵੀ ਹੁੰਦੀ ਹੈ। ਮੇਰਾ ਖਿਆਲ ਆ ਉਹ ਬੈਸਟ ਆਪਸ਼ਨ ਹੈਗੀ ਹੈ। ਬਾਕੀ ਜਿਹੜਾ ਡਿਪੈਂਡ ਕਰਦਾ ਪ੍ਰੋਫਾਈਲ ਕਿਸ ਤਰ੍ਹਾਂ ਦਾ ਹੈਗਾ ਔਰ ਫੰਡਸ ਬੱਚੇ ਕੋਲ ਹੈਗੇ ਕਿ ਨਹੀਂ ਹੈਗੇ। ਨਿਊਜ਼ੀਲੈਂਡ ਦੇ ਵਿੱਚ ਵੀ ਲੱਗ ਸਕਦਾ ਹੈਗਾ, ਡੈਫੀਨੇਟਲੀ PR ਦੇ ਵਿੱਚ ਥੋੜ੍ਹੀ ਜਿਹੀ ਇਸ ਵਕਤ ਦਿੱਕਤ ਆਉਂਦੀ ਪਈ ਹੈ, ਲੇਕਿਨ ਪ੍ਰੋਫਾਈਲ ਦੇ ਮੁਤਾਬਕ ਇਹ ਸਾਰਾ ਡਿਸੀਜਨ ਕਰਨਾ ਪਏਗਾ। ਸੋ 5.5 ਬੈਂਡ ਵਾਲੇ ਵਿਦਿਆਰਥੀ ਲਈ ਜਿਸ ਤਰ੍ਹਾਂ ਪਾਇਨਰ ਇਮੀਗ੍ਰੇਸ਼ਨ ਦੇ ਕੋਲ ਨਿਊਜ਼ੀਲੈਂਡ ਵੀ ਹੈ, ਆਸਟ੍ਰੇਲੀਆ ਵੀ ਹੈ, ਯੂਰਪ ਵੀ ਹੈ, ਇੱਕ ਪਹਿਲਾ ਸਟੈਪ, ਮੁੱਢਲਾ ਸਟੈਪ ਤੁਹਾਨੂੰ ਕਲੀਅਰ ਕਰਨਾ ਪਏਗਾ ਕਿ ਆਪਣੀ ਅਸੈਸਮੈਂਟ ਜਿਹੜੀ ਹੈਗੀ ਹੈ ਜ਼ਰੂਰ ਕਰਵਾਓ ਔਰ ਚੰਗੇ ਕੰਸਲਟੈਂਟਸ ਤੋਂ ਕਰਵਾਓ ਔਰ ਖੁਦ ਕਰਵਾਓ, ਜਿਵੇਂ ਕਿ ਮੈਂ ਡਾਕਟਰ ਸਾਹਿਬ ਨੂੰ ਕਹੂੰਗਾ ਸਪੈਸ਼ਲੀ ਕਿ ICCRC ਮੈਂਬਰ ਨੇ ਤਾਂ ਅਸੈਸਮੈਂਟ ਇਹਨਾਂ ਦਾ ਕਰਨਾ ਬਣਦਾ, ਇਹ ਕਰਨ ਤਾਂ ਬੈਸਟ ਹੈਗਾ। ਕੇਸ ਬਾਅਦ ਦੇ ਵਿੱਚ ਕੌਣ ਕੀ ਕਰ ਰਿਹਾ, ਕਿਵੇਂ ਕਰ ਰਿਹਾ, ਦੇਖ ਰਿਹਾ, ਇੱਕ ਸੈਪਰੇਟ ਇਸ਼ੂ ਹੁੰਦਾ। ਬਟ ਹੁਣ ਜਿਸ ਬੰਦੇ ਕੋਲ ਐਕਸਪਰਟੀਜ਼ ਹੈ, ਜੇ ਉਹ ਹੀ ਨਹੀਂ ਹੈ ਓਪਰੇਸ਼ਨ ਥੀਏਟਰ ਦੇ ਵਿੱਚ, ਜੇ ਵੱਡਾ ਡਾਕਟਰ ਜਿਹਨੂੰ ਜਿਹੜਾ ਮਾਸਟਰ ਹੈ ਜੀ, ਹੈ ਨਾ, ਜਿਹਨੂੰ ਕਹਿੰਦੇ, ਅਤੇ ਉਹ ਹੈ ਹੀ ਨਹੀਂ, ਭਾਵੇਂ ਕਰਨਾ ਤਾਂ ਹੋਰਾਂ ਨੇ ਵੀ ਹੁੰਦਾ, ਨਾਲ ਟੀਮ ਹੁੰਦੀ ਹੈ, ਇਕੱਲਾ ਡਾਕਟਰ ਤਾਂ ਨਹੀਂ ਓਪਰੇਸ਼ਨ ਕਰਦਾ, ਉਹ ਫਿਰ ਅੱਛਾ ਨਹੀਂ ਲੱਗਦਾ। ਸੋ ਡਾਕਟਰ ਸਾਹਿਬ, ਜਿਵੇਂ ਹੁਣ ਅੱਜ ਦੀ ਡੇਟ ਦੇ ਵਿੱਚ ਅਸੀਂ ਕੈਨੇਡਾ ਦੀ ਗੱਲ ਕਰ ਰਹੇ ਹਾਂ, ਤਾਂ ਇੱਕ ਸਪੌਸ ਕੇਸ ਦੀ ਕਦੇ ਜ਼ਿਕਰ ਨਹੀਂ ਕਰਦੇ ਸੀ, ਜਿਹੜੇ ਸਪੌਸ ਹੁੰਦੇ ਨੇ ਜਿਹੜੇ ਇੱਧਰੋਂ ਪਹਿਲਾਂ ਹੀ ਵਿਆਹੇ ਹੋਏ ਨੇ ਆਪਣੇ ਪਤੀ ਜਾਂ ਪਤਨੀ ਨੂੰ ਮਿਲਾਉਣਾ। ਇਸ ਵਕਤ ਜੀ ਆਲਮੋਸਟ, ਮੈਂ ਬੜੇ ਘੱਟ ਵਰਡ ਯੂਜ਼ ਕਰਦਾ ਹੁੰਦਾ, ਵੀ 100% ਦਾ ਮਤਲਬ ਆਲਮੋਸਟ ਸਾਰੇ ਕੇਸਾਂ ਦਾ ਸਪਾਊਸ ਦਾ ਵੀਜ਼ਾ ਬੜੇ ਸਾਲਾਂ ਤੋਂ ਲੋਕ ਪੁੱਛਦੇ ਹੁੰਦੇ ਸੀ, ਔਰ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਲੱਗਦਾ ਹੁੰਦਾ ਸੀ ਸਪਾਊਸ ਵੀਜ਼ਾ ਨਾਲ ਹੀ ਜਾਂਦੇ ਸੀਗੇ। ਹੁਣ ਜਿਹੜਾ ਹੈ ਕੈਨੇਡਾ ਨੇ ਬੜਾ ਅੱਛੀ ਤਰ੍ਹਾਂ ਖੋਲ੍ਹਿਆ ਹੋਇਆ ਹੈਗਾ, ਵਿਜ਼ਟਰ ਵੀਜ਼ਾ, ਪੇਰੈਂਟਸ, ਗ੍ਰੈਂਡ ਪੇਰੈਂਟਸ ਔਰ ਫੈਮਿਲੀ ਮੈਂਬਰਸ ਦਾ ਵਿਜ਼ਟਰ ਵੀਜ਼ਾ, ਔਰ ਸਪਾਊਸ ਵੀਜ਼ਾ ਜਿਨ੍ਹਾਂ ਦੇ, ਜਿਸ ਤਰ੍ਹਾਂ ਤੁਸੀਂ ਸੰਧੂ ਸਾਹਿਬ ਗੱਲ ਕੀਤੀ, ਹਸਬੈਂਡ ਉੱਥੇ ਹੈ ਅਤੇ ਵਾਈਫ ਨੇ, ਇਹਨਾਂ ਨੂੰ ਤਾਂ ਮੇਰੇ ਖਿਆਲ ਜ਼ਿਆਦਾ ਬੈਨੀਫਿਟ ਤਾਂ ਹੀ ਹੈ ਕਿਉਂਕਿ ICCRC ਮੈਂਬਰ ਤੋਂ ਲਾ ਲੈਣ, ਥੋੜ੍ਹਾ ਟੈਕਨੀਕਲ ਹੁੰਦਾ ਸਪਾਊਸ। ਬਿਲਕੁਲ, ਡੈਫੀਨੇਟਲੀ ਉਹ ਸਾਰੇ ਡਾਕੂਮੈਂਟਸ ਕੱਲ ਕੰਮ ਤਾਂ ਸਾਰੇ ਸਟੱਡੀ ਵੀਜ਼ਾ ਦੀ ਗੱਲ ਵੀ ਕਰੀਏ, ਕੋਰਸ ਰੈਲੇਵੈਂਟ ਹੋਵੇ, ਕਿਸ ਤਰੀਕੇ ਨਾਲ ਰੈਲੇਵੈਂਟ ਹੈ, ਮੈਂ ਆਪ ਚੈੱਕ ਕਰਕੇ ਜਦ ਤੱਕ ਤਸੱਲੀ ਨਾ ਹੋਵੇ ਅਸੀਂ ਅੱਗੇ ਨਹੀਂ ਵਧਾਉਂਦੇ ਗੱਲ ਨੂੰ। ਹਰ ਗੱਲ ਦੇ ਵਿੱਚ ਟੈਕਨੀਕੈਲਿਟੀਜ਼, ਡੈਫੀਨੇਟਲੀ ਔਫਰ ਲੈਟਰ ਅਪਲਾਈ ਕਰਨਾ, ਕੋਰਸ ਰੈਲੇਵੈਂਟ ਹੋਵੇ, ਉਸ ਤੋਂ ਬਾਅਦ ਫਾਈਲਿੰਗ, ਨਿੱਕੇ ਨਿੱਕੇ ਲਕੂਨੇ ਕਿ 10ਵੀਂ ਤੋਂ ਬਾਅਦ 12ਵੀਂ ਦੇ ਵਿੱਚ 2 ਦੇ ਬਜਾਏ 3 ਸਾਲ ਦਾ ਗੈਪ ਪੈ ਗਿਆ, ਉਹਨੂੰ ਕਿਵੇਂ ਹੈਂਡਲ ਕਰਨਾ, ਕਿਉਂਕਿ ਵੀਜ਼ਾ ਅਫਸਰ ਨੇ ਸੋਚ ਲੈਣਾ ਵੀ ਇਹਨੂੰ 10ਵੀਂ ਤੋਂ ਬਾਅਦ 11ਵੀਂ ਅਤੇ 12ਵੀਂ ਦੇ ਵਿੱਚ 2 ਸਾਲ ਲੱਗਣੇ ਚਾਹੀਦੇ ਸੀ, ਇਹਨੇ 3 ਸਾਲ ਕੀ ਕੀਤਾ, ਇਹਦਾ ਮਤਲਬ ਫੇਲ ਹੋਇਆ, ਅਤੇ ਬੱਚਾ ਜਿਹੜਾ ਸੀਰੀਅਸ ਨਹੀਂ, ਭਾਵੇਂ +2 'ਚ ਨੰਬਰ ਚੰਗੇ ਹੀ ਨੇ, ਬੜੇ ਸਾਰੇ ਕੇਸ ਅਸੀਂ ਸਾਡੇ ਕੋਲ ਰਿਫਿਊਜ਼ ਆਉਂਦੇ ਨੇ, ਉਹਨੂੰ ਕਿਵੇਂ ਹੈਂਡਲ ਕਰਨਾ, ਜਿਸ ਤਰ੍ਹਾਂ ਮੈਂ ਗੱਲ ਕੀਤੀ ਸੀ ਅਕਾਊਂਟੈਂਸੀ ਅਤੇ ਬਿਜ਼ਨਸ ਵਾਲੀ ਹੁਣੇ ਗੱਲ ਕਰਕੇ ਹਟੇ ਹਾਂ, ਉਸ ਨੂੰ ਕਿਵੇਂ ਹੈਂਡਲ ਕਰਨਾ, ਇਸ ਤਰ੍ਹਾਂ ਦੇ ਬੜੇ ਬੜੇ ਛੋਟੇ ਛੋਟੇ ਬੜੇ ਸਾਰੇ ਲਕੂਨੇ ਨੇ, ਔਰ ਹਰ ਥਾਂ 'ਤੇ ਹਰ ਸਟੈਪ 'ਤੇ ਛੋਟੀ ਛੋਟੀ ਗੱਲ 'ਤੇ ਐਕਸਪਰਟੀਜ਼ ਦੀ ਜ਼ਰੂਰਤ ਪੈਂਦੀ ਹੈ। ਇਸ ਦੇ ਇਲਾਵਾ ਮੈਡੀਕਲ ਫਰਦਰੈਂਸ ਦੀ ਗੱਲ ਕਰੀਏ, ਬੱਚੇ ਨੇ ਮੈਡੀਕਲ ਕਰਾਇਆ, ਉਸਨੂੰ ਪ੍ਰੋਬਲਮ ਆ ਗਈਆਂ, ਉਹਨੂੰ ਕਿਵੇਂ ਹੈਂਡਲ ਕਰਨਾ ਹੈਗਾ, ਸੋ ਇਹ ਥਾਂ ਥਾਂ 'ਤੇ ਜਿਹੜੀ ਐਕਸਪਰਟੀਜ਼ ਦਾ ਡੈਫੀਨੇਟਲੀ ਮੇਕਸ ਬਿਗ ਡਿਫਰੈਂਸ। ਬਹੁਤ ਮਿਹਰਬਾਨੀ, ਸ਼ੁਕਰੀਆ ਤੁਸੀਂ ਸਟੂਡੀਓ ਦੇ ਵਿੱਚ ਆਏ, ਸਮਾਂ ਕੱਢ ਕੇ। ਦਰਸ਼ਕਾਂ ਦਾ ਵੀ ਧੰਨਵਾਦ, ਇੱਕ ਤੁਹਾਡੇ ਲਈ ਖਾਸ ਅਨਾਊਂਸਮੈਂਟਸ ਹੈਗੀ ਹੈ, ਤੁਸੀਂ ਆਪ ਕਿਸੇ ਕਾਰਨ ਸ਼ੋਅ ਜਿਹੜਾ ਹੈਗਾ ਮਿਸ ਕਰ ਜਾਂਦੇ ਹੋ ਕਈ ਵਾਰ TV 'ਤੇ, ਚਾਹੇ ਉਹ ਲਾਈਟ ਦੀ ਵਜ੍ਹਾ ਹੈਗੀ ਹੈ, ਤੁਹਾਡੇ ਸਮੇਂ ਦੀ ਵਜ੍ਹਾ ਹੈਗੀ ਹੈ, ਟਿਊਨਿੰਗ ਦੀ ਵਜ੍ਹਾ ਹੈਗੀ ਹੈ, ਕਈ ਪਰਿਵਾਰਾਂ 'ਚ ਛੋਟੇ ਬੱਚੇ ਹੁੰਦੇ ਨੇ, ਕਹਿੰਦੇ ਕਾਰਟੂਨ ਦੇਖਣਾ ਹੈਗਾ, ਸੋ ਇੱਕ ਮਜਬੂਰੀ ਹੋ ਜਾਂਦੀ ਹੈ। ਸੋ ਜਿਨ੍ਹਾਂ ਵਿਦਿਆਰਥੀਆਂ ਲਈ, ਪਰਿਵਾਰਾਂ ਲਈ, ਸਾਡੇ ਵਿਊਅਰਸ ਲਈ, ਸਾਡੇ ਦਰਸ਼ਕ ਲਈ ਇਹ ਮਜਬੂਰੀ ਹੈ, ਤਾਂ ਉਹ ਇੱਕ ਛੋਟਾ ਜਿਹਾ ਕੰਮ ਕਰੋ, ਆਪਣੇ ਫੋਨ ਦੇ ਵਿੱਚ YouTube ਦੇ ਉੱਪਰ ਜਾ ਕੇ ਦੇਸ਼ ਪ੍ਰਦੇਸ਼ ਲਾਈਵ ਟਾਈਪ ਕਰੋ, ਉੱਥੇ ਇੱਕ ਲੋਗੋ ਜਿਹੜਾ ਹੈਗਾ ਦੇਸ਼ ਪ੍ਰਦੇਸ਼ ਦਾ ਬਣਿਆ ਹੋਊਗਾ, ਉਹਨੂੰ ਸਬਸਕ੍ਰਾਈਬ ਕਰ ਲਓ। ਜਿੰਨੀਆਂ ਵੀ ਅਸੀਂ ਵੀਡੀਓ, ਅਪਡੇਟ, ਨਿਊਜ਼, ਕਿਸੇ ਵੀ ਤਰ੍ਹਾਂ ਦੀ ਗੱਲਬਾਤ ਉਸ ਜਿਹੜਾ ਹੈਗਾ ਚੈਨਲ ਹੈ, YouTube ਚੈਨਲ ਹੈ, ਉੱਥੇ ਪਾਵਾਂਗੇ, ਤੁਹਾਨੂੰ ਨੋਟੀਫਿਕੇਸ਼ਨ ਆ ਜਾਣਾ ਜਦੋਂ ਤੁਸੀਂ ਬੈੱਲ ਆਈਕੋਨ ਦਾ ਬਟਨ ਦੱਬੋਗੇ ਤਾਂ ਹਰ ਵੀਡੀਓ ਤੁਹਾਡੇ ਤੱਕ ਪਹੁੰਚੇਗੀ, ਤਾਂ YouTube ਚੈਨਲ ਨੂੰ ਸਬਸਕ੍ਰਾਈਬ ਜਿਹੜਾ ਹੈਗਾ ਜ਼ਰੂਰ ਕਰ ਲਓ। ਅੱਜ ਦਾ ਸ਼ੋਅ ਇੱਥੇ ਖਤਮ ਕਰਿਆ, ਆਪਣੇ ਦੋਸਤ ਰਣਜੀਤ ਸਿੰਘ ਜੀ, ਇੱਕ ਛੋਟੀ ਜਿਹੀ ਮੇਰੀ ਅਨਾਊਂਸਮੈਂਟ ਕਿ ਸਾਨੂੰ ਲੱਗਦਾ ਸੀ ਵੀ ਦੋ ਤਿੰਨ ਚਾਰ ਸਾਲ ਦੇ ਗੈਪ ਦਾ ਹੀ ਵੀਜ਼ਾ ਆਏਗਾ, 7-8 ਸਾਲ ਦਾ ਵੀ ਗੈਪ ਦੇ ਸਟੱਡੀ ਵੀਜ਼ਾ ਆਉਂਦੇ ਪਏ ਨੇ। PR ਦੀ ਅਸੈਸਮੈਂਟ ਸੋਚ ਲਓ, ਅਗਰ PR ਨਹੀਂ ਹੁੰਦੀ ਤਾਂ ਸਟੱਡੀ ਵੀਜ਼ਾ ਕਰ ਲੈਣਾ ਚਾਹੀਦਾ। ਔਰ ਦੂਸਰਾ ਇਹ
ਕਿ ਆਫਰ ਲੈਟਰਾਂ ਦੇ ਵਿੱਚ ਥੋੜ੍ਹੀ ਜਿਹੀ ਤਕਲੀਫ ਹਾਲੇ ਵੀ ਆਉਂਦੀ ਪਈ ਹੈ, ਕਿਉਂਕਿ ਪਹਿਲਾਂ ਪੰਜਾਬੀ ਸਟੂਡੈਂਟਸ ਬਹੁਤ ਵੱਧ ਗਏ ਨੇ ਕੈਨੇਡਾ ਦੇ ਵਿੱਚ, ਉਸ ਪ੍ਰਪੋਰਸ਼ਨ ਨੂੰ ਥੋੜ੍ਹਾ ਜਿਹਾ ਪਰਸੈਂਟੇਜ ਨੂੰ ਘਟਾਉਣ ਵਾਸਤੇ ਕੋਲਜਿਸ ਘੱਟ ਆਫਰ ਲੈਟਰਾਂ ਦਿੰਦੇ ਪਏ ਨੇ। ਪੈਨਿਕ ਹੋਣ ਦੀ ਘਬਰਾਉਣ ਦੀ ਜ਼ਰੂਰਤ ਨਹੀਂ, ਕਿ ਕਿਸੇ ਕੰਸਲਟੈਂਟ ਕੋਲ ਵੀ ਤੁਹਾਡਾ ਕੇਸ ਹੈਗਾ, ਉਸਨੂੰ ਥੋੜ੍ਹਾ ਜਿਹਾ ਹੌਸਲਾ ਕਰਕੇ ਕੰਸਲਟੈਂਟ ਨੂੰ ਟਾਈਮ ਦਿਓ, ਏਸ਼ੀਅਨ ਟੇਕ ਦਾ ਨੈਕਸਟ ਇਨਟੇਕ ਦੇ ਵਿੱਚ ਆਫਰ ਲੈਟਰ ਆ ਜਾਏਗੀ, ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ। ਥੈਂਕ ਯੂ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਸ਼ੁਕਰੀਆ ਦਰਸ਼ਕਾਂ ਦਾ ਧੰਨਵਾਦ, ਆਪਣੇ ਦੋਸਤ ਰਣਵੀਰ ਸਿੰਘ ਨੂੰ ਅੱਗੇ ਦੇ ਸ਼ੁਕਰੀਆ। ਮੈਂ ਤੁਹਾਨੂੰ ਅੰਗਰੇਜ਼ੀ ਸਿਖਾਉਣੀ ਹੈ ਅਤੇ ਗ੍ਰਾਮਰ ਆਪਣੇ ਆਪ ਪਿੱਛੇ ਬੜੀ ਖੂਬਸੂਰਤੀ ਨਾਲ ਉਸਰਦੀ ਜਾਣੀ ਹੈ, 8 ਸੈਂਟੈਂਸ, ਅਤੇ ਮੈਂ ਕੀ ਕਰਨਾ, ਉਹਨਾਂ 8 ਨੂੰ ਇੱਕ ਇੱਕ ਕਰਕੇ ਲੈਣਾ, ਤੁਹਾਨੂੰ ਉਹਨਾਂ ਨੂੰ ਬੋਲਣਾ ਅਤੇ ਲਿਖਣਾ ਸਿਖਾਉਣਾ ਅਤੇ ਤੁਹਾਨੂੰ ਅੰਗਰੇਜ਼ੀ ਆ ਗਈ। ਅਤੇ ਜਿਹੜੇ ਸਕੂਲਾਂ 'ਚ ਕਾਲਜਾਂ 'ਚ ਜਾ ਵੀ ਚੁੱਕੇ ਹੋ, ਤੁਹਾਡੇ ਵਾਸਤੇ ਇਹ ਹੋਰ ਵੀ ਕਿੰਨਾ ਆਸਾਨ ਹੈ ਅੰਗਰੇਜ਼ੀ ਸਿੱਖਣਾ। ਮੇਰਾ ਸੁਝਾਅ ਹੈ ਕਿ ਤੁਸੀਂ ਛੋਟੀ ਛੋਟੀਆਂ ਕਹਾਣੀਆਂ ਤੋਂ ਸ਼ੁਰੂ ਕਰ ਸਕਦੇ ਹੋ, ਸਾਡੇ ਨਾਲ ਤੁਸੀਂ ਲਗਾਤਾਰ ਤੁਸੀਂ ਇਨ ਟੱਚ ਰਹਿ ਸਕਦੇ ਹੋ, ਤੁਹਾਡੇ ਸਵਾਲਾਂ ਦਾ, ਤੁਹਾਡੇ ਸ਼ੰਕੇ ਜਿਹੜੇ ਤੁਹਾਡੇ ਕੋਈ ਭੁਲੇਖੇ ਹੋਣ ਉਹਨਾਂ ਨੂੰ ਦੂਰ ਕਰਨ ਵਾਸਤੇ ਤਿਆਰ ਬੈਠੇ ਹੈ, ਉਦੋਂ ਤੱਕ ਜਦ ਤੱਕ ਤੁਹਾਨੂੰ ਪੂਰੀ ਅੰਗਰੇਜ਼ੀ ਨਹੀਂ ਸਿਖਾ ਦਿੰਦੇ, ਬਿਨਾਂ ਪੈਸੇ ਖਰਚੇ ਬੜੇ ਆਰਾਮ ਨਾਲ ਅੰਗਰੇਜ਼ੀ ਸਿੱਖਣ ਵਾਸਤੇ ਤਿਆਰ ਹੋ ਜਾਓ।